ਦਾ ਮਾਰਨਿੰਗ ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸੋ ਦੋਸਤੋ ਅੱਜ ਦਾ ਮਾਰਨਿੰਗ ਸ਼ੋਅ ਦੇ ਵਿੱਚ ਸਾਡੇ ਨਾਲ ਹੈ ਵਿਸ਼ੇਸ਼ ਮਹਿਮਾਨ ਨੇ ਭਾਈ ਸਿਮਰਨਜੀਤ ਸਿੰਘ ਟੋਹਣਾ ਜਿਹੜੇ ਕਿ ਇੱਕ ਅਥ ਕਥਾ ਤੇ ਸਿਮਰਨ ਅਭਿਆਸ ਕਰਵਾਉਂਦੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਭਾਈ ਸਾਹਿਬ ਜਦੋਂ ਅਸੀਂ ਅਥ ਕਥਾ ਦੀ ਗੱਲਬਾਤ ਕਰਦੇ ਹਾਂ ਹਾਂ ਜੀ ਪਹਿਲਾਂ ਇਹਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਉਹ ਜ਼ਰੂਰ ਦਿਓ ਹਾਂਜੀ ਗੁਰਬਾਣੀ ਗੁਰੂ ਦੀ ਆਪਾਂ ਜਦੋਂ ਵਿਚਾਰ ਕਰਦੇ ਆਂ ਤੇ ਮਹਾਰਾਏ ਨੇ ਉਹਦੇ ਵਿੱਚ ਦੋ ਤਰ੍ਹਾਂ ਦੀ ਕਥਾ ਦੱਸੀ ਆ ਜੀ ਇੱਕ ਤਾਂ ਕਥਾ ਉਹ ਆ ਕਿ ਜਿਸ ਦੇ ਵਿੱਚ ਸੰਸਾਰ ਦੀਆਂ ਵਡਿਆਈਆਂ ਕੀਤੀਆਂ ਜਾਂਦੀਆਂ ਮਾਇਆ ਦੇ ਦੇਸ਼ ਦੀਆਂ ਇੱਥੋਂ ਦੇ ਜੋ ਸਾਡਾ ਇਤਿਹਾਸ ਹੈ ਜੋ ਇੱਥੋਂ ਦੇ ਦੁਨਿਆਵੀ ਗੱਲਾਂ ਬਾਤਾਂ ਨੇ ਉਹ ਦੁਨਿਆਵੀ ਕਥਾ ਆ ਉਹ ਪ੍ਰਵਾਨ ਨਹੀਂ ਜੀ ਪਰ ਜੋ ਇਕੱਠ ਕਥਾ ਦਾ ਭੇਤ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਗਿਆ ਕੱਤ ਕਥਾ ਦੇ ਵਿੱਚ ਆਪਾਂ ਸਿਰਫ ਤੇ ਸਿਰਫ ਸੱਚ ਦੀ ਜਦੋਂ ਵਿਚਾਰ ਕਰਨੇ ਆਂ ਸੱਚ ਦੇ ਉਸ ਨਾਦੀ ਨਾਮ ਦੀ ਵਿਚਾਰ ਕਰਦੇ ਆ ਉਹਨਾਂ ਦੇ ਜੋ ਸਰੂਪ ਪ੍ਰਕਾਸ਼ ਦੀ ਵਿਚਾਰ ਕਰਦੇ ਆ ਸੋ ਉਸ ਨੂੰ ਫਿਰ ਅਕਤ ਕਥਾ ਕਿਹਾ ਜਾਂਦਾ ਜਿਸ ਨੂੰ ਸੁਣਨ ਵਾਲੇ ਦੇ ਮਨ ਦੇ ਉੱਪਰ ਅਸਰ ਪੈਂਦਾ ਉਸ ਦਾ ਜੀਵਨ ਇਸ ਸੰਸਾਰ ਦੇ ਵਿੱਚੋਂ ਮੁਕਤ ਹੋ ਜਾਂਦਾ ਉਸ ਨੂੰ ਅਕਤ ਕਥਾ ਕਹਿੰਦੇ ਫਿਰ ਤੇ ਜਿਹੜੇ ਕਈ ਕਥਾਵਾਚਕ ਨੇ ਸਨਮਾਨ ਯੋਗ ਨੇ ਸਾਰੇ ਪਰ ਉਹ ਕਥਾ ਦੇ ਵਿੱਚ ਜਿਹੜੀਆਂ ਗੁਰਬਾਣੀ ਗਿਆਨ ਦੀਆਂ ਗੱਲਾਂ ਘੱਟ ਹੁੰਦੀਆਂ ਨੇ ਬਾਕੀ ਗੱਲਬਾਤ ਜਿਹੜੀ ਉਹ ਵੱਧ ਹੋ ਜਾਂਦੀ ਹੈ ਕੀ ਉਹ ਠੀਕ ਹੈ ਮर्यादा ਦੇ ਅਨੁਸਾਰ ਨਹੀਂ ਗੁਰਬਾਣੀ ਗੁਰੂ ਨੇ ਕਥਾ ਨੂੰ ਇੱਕ ਬਹੁਤ ਵੱਡਾ ਉੱਚਾ ਦਰਜਾ ਦਿੱਤਾ ਹੈ ਜੋ ਕਥਾ ਦਾ ਦਰਜਾ ਹੈ ਉਹ ਇਸ ਤਰੀਕੇ ਦੀ ਵਿਚਾਰ ਹੋਣੀ ਚਾਹੀਦੀ ਹੈ ਕਿ ਸੁਣਨ ਵਾਲੇ ਸਰੋਤਿਆਂ ਦੇ ਮਨ ਦੇ ਉੱਪਰ ਜਿਹੜਾ ਹੈਗਾ ਉਹ ਅੰਮ੍ਰਿਤਮਈ ਅਸਰ ਪਾਏ ਉਹਨਾਂ ਦਾ ਮਨ ਬਿਲਕੁਲ ਸ਼ੁੱਧ ਹੋ ਜਾਏ ਤੇ ਮਹਾਰਾਜ ਨੇ ਇਹਨੂੰ ਫਿਰ ਅੱਗੇ ਦੋ ਭਾਗਾਂ ਦੇ ਵਿੱਚ ਵੰਡੇ ਮਹਾਰਾਜ ਕਹਿੰਦੇ ਆ ਇੱਕ ਤਾਂ ਐਸਾ ਆ ਵੀ ਜੋ ਬਗਲਾ ਹੈ ਜੀ ਮਹਾਰਾਜ ਨੇ ਉਹਨਾਂ ਨੂੰ ਬਗਲਾ ਕਿਹਾ ਵੀ ਦਿਖਣ ਦੇ ਵਿੱਚ ਉਹ ਬਾਹਰੋਂ ਉਸੇ ਤਰ੍ਹਾਂ ਦਾ ਪਹਿਰਾਵਾ ਹੈ ਭੇਖ ਹੈ ਔਰ ਬਾਹਰ ਸੰਸਾਰੀ ਜੀਵਾਂ ਨੂੰ ਭਰਮ ਦੇ ਵਿੱਚ ਪਾ ਸਕਦਾ ਹੈ ਕਿ ਉਹ ਬਹੁਤ ਵੱਡਾ ਸੰਤ ਹੈ ਪਰ ਜਦੋਂ ਉਸ ਦੇ ਬਚਨ ਕੋਈ ਸੁਣੇਗਾ ਉਸ ਦੇ ਬਚਨ ਨੂੰ ਸੁਣਨ ਦੇ ਨਾਲ ਮਨ ਦੀ ਜਿਹੜੀ ਮੈਲ ਖਤਮ ਨਹੀਂ ਸਗੋ ਹੋਰ ਵਧੇਗੀ ਮਹਾਰਾਜ ਕਹਿੰਦੇ ਆ ਕਿਆ ਬੱਗ ਬਪੜਾ ਛਪੜੀ ਨਾ ਆਏ ਕਿਚਨ ਡੁੱਬੇ ਮਹਿਲ ਨਾ ਜਾਏ ਤੇ ਜਿਹੜੇ ਗੁਰਮਖ ਹੁੰਦੇ ਆ ਇਹਨਾਂ ਨੂੰ ਹੰਸ ਦਾ ਖਿਤਾਬ ਹੈ ਇਹ ਹੰਸ ਐਸੀ ਵਿਚਾਰ ਕਰਨੀ ਆਪਾਂ ਜਿਸ ਨੂੰ ਸੁਣਨ ਦੇ ਨਾਲ ਸਾਡੇ ਮਨ ਦੀ ਵੀ ਮੈਲ ਉਤਰ ਜਾਏ ਅਗਲੇ ਦੇ ਮਨ ਦੀ ਵੀ ਮੈਲ ਉਤਰ ਜਾਏ ਸੋ ਇਸ ਕਰਕੇ ਇਕੱਠ ਕਥਾ ਦਾ ਜਾਂ ਗੁਰਮਤਿ ਦੀਆਂ ਵਿਚਾਰਾਂ ਦਾ ਕਿਸੇ ਵੀ ਦੁਬਧਾ ਦੇ ਨਾਲ ਸੰਬੰਧ ਨਹੀਂ ਹੈਗਾ ਸਿਰਫ ਸਮਾਜ ਦੇ ਵਿੱਚ ਜਾਗਰਤੀ ਲਿਆਉਣ ਵਾਲੇ ਆਪਾਂ ਬਚਨ ਕਰਨੇ ਆ ਨਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਆਪਾਂ ਦੁਬਧਾ ਕਰੀਏ ਜਾਂ ਦਿਆ ਕਰੀਏ ਉਹਦੇ ਵਿੱਚ ਜਦੋਂ ਆਪਾਂ ਕਥਾਵਾਚਕਸ ਦੀ ਗੱਲਬਾਤ ਕਰਦੇ ਆ ਭਾਈ ਸਾਹਿਬ ਤਾਂ ਵਾਦ ਵਿਵਾਦ ਵਾਲੇ ਮੁੱਦਿਆਂ ਦੇ ਵਿੱਚ ਕਥਾਵਾਚਕ ਨੂੰ ਪੈਣਾ ਚਾਹੀਦਾ ਹੈ ਜਾਂ ਗੁਰਬਾਣੀ ਦੀ ਜਿਹੜੀ ਵਿਆਖਿਆ ਉਸ ਢੰਗ ਦੇ ਨਾਲ ਹੀ ਕਥਾ ਤੱਕ ਸੀਮਤ ਜੜਾ ਹੋਣਾ ਚਾਹੀਦਾ ਹਾਂਜੀ ਕਥਾਵਾਚਕ ਦੀ ਇੱਕ ਡਿਊਟੀ ਜਿਹੜੀ ਹੈ ਉਹ ਬਹੁਤ ਵੱਡੀ ਹੈ ਉਹ ਇੱਕ ਸਮਾਜ ਸਧਾਰਕ ਹੈ ਕਿਉਂਕਿ ਸੰਸਾਰ ਜਿਹੜਾ ਹੈ ਉਹ ਦਿਨੋਂ ਦਿਨ ਔਗਣਾ ਪਾਸੇ ਵਧਦਾ ਜਾਂਦਾ ਆ ਇਹ ਸ਼ੁਰੂ ਤੋਂ ਹੀ ਜਦੋਂ ਤੋਂ ਇਤਿਹਾਸ ਆਪਣਾ ਆਪ ਪੜਦੇ ਆ ਸ਼ੁਰੂ ਹੋਈ ਹੈ ਇਹ ਖੇੜੇ ਸੰਸਾਰ ਦੀ ਇਸ ਜਨਮ ਮਰਨ ਦੀ ਇਹ ਦੁਨੀਆਦਾਰੀ ਦੀ ਸੋ ਉਦੋਂ ਤੋਂ ਹੀ ਇੱਕ ਬਹੁਤ ਵੱਡਾ ਇਹ ਪ੍ਰਚਾਰ ਹੁੰਦਾ ਹੈ ਕਿ ਜੀਵਾਂ ਨੂੰ ਔਗਣਾ ਪਾਸੋਂ ਜਾਣ ਦੇ ਲਈ ਕਿਵੇਂ ਬਚਾਇਆ ਜਾਏ ਸੋ ਉਹ ਔਗਣਾ ਦੇ ਪਾਸੋਂ ਜਾਣ ਦੇ ਲਈ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਵਿਚਾਰਾਂ ਤੋਂ ਰਹਿਤ ਕਰਨ ਦੇ ਲਈ ਜੋ ਇੱਕ ਆਪਾਂ ਕਹਿ ਸਕਦੇ ਆ ਇੱਕ ਕੈਟਾਗਰੀ ਤਿਆਰ ਹੋਈ ਆ ਜਾਂ ਇੱਕ ਅਹੁਦੇ ਤਿਆਰ ਹੋਏ ਨੇ ਜੀ ਉਹ ਅਹੁਦੇ ਆ ਗੁਰਸਿੱਖਾਂ ਦੇ ਗੁਰਮਖਾਂ ਦੇ ਉਹਨਾਂ ਨੂੰ سفیر ਵੀ ਕਹਿ ਦਿੱਤਾ ਜਾਂਦਾ ਜੀ ਉਹਨਾਂ ਨੂੰ ਸੰਤ ਵੀ ਕਹਿ ਦਿੱਤਾ ਜਾਂਦਾ ਤੇ ਜੇਕਰ ਸੰਤ ਆਪ ਦੀ ਮਰਿਆਦਾ ਨੂੰ ਭੁੱਲ ਕੇ ਸੰਤੀਵਾਦ ਵਿਵਾਦਾਂ ਦੀਆਂ ਬਚਨ ਕਰਨ ਲੱਗ ਜਾਏ ਜਿੰਨੇ ਸਮਾਜ ਨੂੰ ਸੁਧਾਰਨਾ ਹੈ ਜੀ ਹੁਣ ਆਪਾਂ ਕਹਿ ਦਈਏ ਵੀ ਜਿਹੜੀ ਵਾਰਡ ਹੈ ਵਾਰਡ ਹੀ ਖੇਤ ਨੂੰ ਖਾਣ ਲੱਗ ਜਾਏ ਤੇ ਉਹਦੇ ਵਿੱਚ ਉਹ ਸਮਾਜ ਦਾ ਸੁਧਾਰ ਕੀ ਹੋਵੇਗਾ ਸੋ ਵਾਦ ਵਿਵਾਦ ਸੰਸਾਰ ਦੇ ਵਿੱਚ ਚੱਲਦੇ ਰਹਿੰਦੇ ਆ ਪਰ ਪ੍ਰਚਾਰਕ ਨੇ ਉਸ ਦਾ ਹੱਲ ਦੱਸਣਾ ਆ ਵੀ ਇਹਨਾਂ ਵਾਦਾਂ ਵਿਵਾਦਾਂ ਨੂੰ ਕਿਵੇਂ ਆਪਾਂ ਨਾਮ ਅਭਿਆਸ ਕਰਕੇ ਗੁਰਮਤ ਦੇ ਨਾਲ ਜੁੜ ਕੇ ਹੱਲ ਕਰਨਾ ਹੈ ਨਾ ਕਿ ਇਹਨਾਂ ਦੇ ਹੋਰ 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 ਆਪਾਂ ਵਚਨ ਕਰਕੇ ਤੇ ਇਹਨਾਂ ਨੂੰ ਅੱਗੇ ਵਧਾਈ ਜਾਣਾ ਤੇ ਸਮਾਜਿਕ ਬੁਰਾਈਆਂ ਤੇ ਗੱਲਬਾਤ ਤਾਂ ਕਰਨੀ ਚਾਹੀਦੀ ਹੈ ਬਿਲਕੁਲ ਜੀ ਸਮਾਜਿਕ ਬੁਰਾਈਆਂ ਦੇ ਉੱਪਰ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਸੰਤ ਦੀ ਇੱਕ ਡਿਊਟੀ ਹੁੰਦੀ ਹੈ ਪ੍ਰਚਾਰਕ ਦੀ ਡਿਊਟੀ ਹੁੰਦੀ ਹੈ ਤੇ ਉਹਨਾਂ ਬੁਰਾਈਆਂ ਦਾ ਹੱਲ ਦੱਸਣਾ ਹੈ ਕੱਲੀ ਗੱਲਬਾਤ ਨਹੀਂ ਕਰਨੀ ਹੁਣ ਗੱਲਬਾਤ ਆਪਾਂ ਸਾਰੀ ਕਰ ਲੈਨੇ ਆ ਜੀ ਸਾਡੀ ਕੌਮ ਨੂੰ ਆ ਖਤਰਾ ਹੈ ਜੀ ਸਾਡੇ ਧਰਮ ਨੂੰ ਆ ਖਤਰਾ ਹੈ ਜੀ ਉਹ ਸਭ ਕਰ ਰਹੇ ਆ ਉਹਦਾ ਹੱਲ ਕੀ ਹੈ ਕੌਮ ਇੱਕ ਕਿਵੇਂ ਹੋਵੇ ਧੜੇ ਇੱਕ ਖਤਮ ਕਿਵੇਂ ਹੋਣ ਸਾਡੀ ਆਪਸੀ ਜਿਹੜੇ ਮਤਭੇਦ ਨੇ ਉਹ ਕਿਵੇਂ ਨਿਕਲ ਉਹਦਾ ਹੱਲ ਨਹੀਂ ਕੋਈ ਦੱਸਦਾ ਜੀ ਹੁਣ ਗੁਰਮਤਿ ਦੀ ਜੋ ਗੁਰਬਾਣੀ ਵਿੱਚ ਆਪਾਂ ਜਦੋਂ ਪੜ੍ਹਦੇ ਆ ਸਾਰਾ ਆਪਾਂ ਨੂੰ ਖੇਡ ਦੱਸਦੇ ਆ ਵੀ ਜਿੰਨੀ ਦੇਰ ਤੱਕ ਤੁਸੀਂ ਸਾਰੇ ਇਕੱਤਰ ਹੋ ਕੇ ਸਿਮਰਨ ਦੀ ਗੁਰਮਤਿ ਦੀ ਛਾਂ ਹੇਠਾਂ ਨਹੀਂ ਆਂਦੇ ਉਹਨੀ ਦੇਰ ਤੱਕ ਤੁਹਾਡਾ ਹੱਲ ਨਹੀਂ ਮਹਾਰਾਜ ਕਹਿੰਦੇ ਆ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵ ਲਾ ਹੁਣ ਇਕੱਠੇ ਹੋ ਕੇ ਲੇਵ ਲਾਉਂਦੇ ਨਹੀਂ ਦੋਸ਼ਾ ਰੋਪਣ ਕਰੀ ਜਾਂਦੇ ਆ ਵੀ ਉਹਨੇ ਆਹ ਕਹਿ ਦਿੱਤਾ ਜੀ ਇਹਨਾਂ ਨੇ ਆਹ ਕਰ ਦਿੱਤਾ ਜੀ ਆਹ ਕਰ ਦਿੱਤਾ ਸੋ ਇਸ ਤਰ੍ਹਾਂ ਤਾਂ ਇੱਕ ਬਖੇੜਾ ਵੱਧ ਆ ਉਹਦੇ ਨਾਲ ਘਟਦਾ ਨਹੀਂ ਜਦੋਂ ਆਪਾਂ ਸਮਾਜ ਦੀ ਗੱਲਬਾਤ ਕਰਦੇ ਆ ਭਾਈ ਸਾਹਿਬ ਇੰਨਾ ਮੁਲਕਾਂ ਦੇ ਤਾਣੇ ਬਾਣੇ ਦੀ ਗੱਲਬਾਤ ਵੀ ਕਰਦੇ ਆ ਹਾਂਜੀ ਹਾਂਜੀ ਤਾਂ ਸਟ੍ਰੈਸ ਬਹੁਤ ਹੈ ਹਾਂਜੀ ਹਾਂਜੀ ਕਿ ਪਰਿਵਾਰ ਇੱਕ ਢੰਗ ਦੇ ਨਾਲ ਇਕੱਠਿਆ ਰਹਿੰਦੇ ਹੋ ਵੀ ਬੰਡੇ ਹੋਏ ਨੇ ਮਾਨਸਿਕ ਤਣਾਅ ਬਹੁਤ ਹੈ ਤਾਂ ਉਹਦੇ ਵਿੱਚ ਸਿਮਰਨ ਤੇ ਗੁਰਬਾਣੀ ਕਿਵੇਂ ਸਹਾਈ ਹੋ ਸਕਦੀ ਹੈ ਉਹਨੂੰ ਘਟ ਕਰਨ ਦੇ ਲਈ ਹਾਂਜੀ ਸਟ੍ਰੈਸ ਜਿਹੜਾ ਆ ਇਹ ਗੁਰਮਖੋ ਸਾਰੀ ਖੇਡ ਜਿਹੜੀ ਆ ਨਾ ਵਿਚਾਰਾਂ ਦੀ ਆ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚੋਂ ਇਸ ਸੰਸਾਰ ਦੇ ਵਿੱਚ ਆ ਗਿਆ ਉਹਦੇ ਵਿਚਾਰ ਸ਼ੁਰੂ ਹੋ ਜਾਂਦੇ ਨੇ ਜੀ ਛੋਟਾ ਬੱਚਾ ਹੁੰਦਾ ਆਪਾਂ ਕਹਿ ਦਈਏ ਕਿ ਸਾਡੇ ਵਿੱਚ ਕਾਮ ਕਰੋ ਲੋ ਮੋਹ ਹੰਕਾਰ ਹੈ ਪਰ ਉਹਦੀ ਸ਼ੁਰੂਆਤ ਜਦੋਂ ਸਾਡਾ ਜਨਮ ਇੱਥੇ ਹੋਇਆ ਉੱਥੋਂ ਹੀ ਹੋ ਜਾਂਦੀ ਹੈ ਜੀ ਹੁਣ ਜਦੋਂ ਇੱਕ ਜੰਮ ਦਾ ਬੱਚਾ ਆ ਉਹ ਵੀ ਭੁੱਖ ਦੇ ਲਈ ਰੋਂਦਾ ਆ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਤੇ ਉਹਦੇ ਅੰਦਰ ਵੀ ਜਿਹੜੀ ਤ੍ਰਿਸ਼ਨਾ ਹੁੰਦੀ ਆ ਬੇਸ਼ੱਕ ਉਹ ਖਡਾਉਣਿਆਂ ਦੇ ਪ੍ਰਤੀ ਹੁੰਦੀ ਏ ਉਹਦੇ ਅੰਦਰ ਮੋਹ ਆ ਬੇਸ਼ੱਕ ਉਹ ਮਾਤਾ ਪਿਤਾ ਦੇ ਪ੍ਰਤੀ ਆ ਉਹਦੇ ਅੰਦਰ ਵੀ ਕ੍ਰੋਧ ਆ ਤੁਸੀਂ ਉਹਦੀ ਕੋਈ ਚੀਜ਼ ਜਿਹੜੀ ਖੋਹੋਗੇ ਉਹ ਤੁਹਾਡਾ ਵਿਰੋਧ ਕਰੇਗਾ ਤੇ ਉਹ ਆਪ ਦੇ ਖਡਾਉਣੇ ਦੂਜਿਆਂ ਨੂੰ ਨਹੀਂ ਦਿੰਦਾ ਜੀ ਉਹਦੇ ਅੰਦਰ ਹੰਕਾਰ ਆ ਹੁਣ ਵਿਚਾਰ ਉਹਦੇ ਬਚਪਨ ਤੋਂ ਆ ਸਾਡੇ ਵਿੱਚ ਸਾਰਿਆਂ ਦੇ ਪਰ ਜਿਵੇਂ ਜਿਵੇਂ ਸਾਡਾ ਦਾਇਰਾ ਵੱਧਦਾ ਜਾਂਦਾ ਉਹ ਖਡਾਉਣਿਆਂ ਦਾ ਜਿਹੜਾ ਮੋਹ ਆ ਉਹ ਜਮੀਨਾ ਜਦਤਾਂ ਤੇ ਆ ਗਿਆ ਜੀ ਜਿਹੜਾ ਵੈਸੇ ਸੰਸਾਰੀ ਮੋਹ ਆ ਉਹ ਸਾਡਾ ਪਰਤਰੀ ਪਰ ਰੂਪ ਦੇ ਪ੍ਰਤੀ ਆ ਗਿਆ ਸਾਡੇ ਯਾਰਾਂ ਦੋਸਤਾਂ ਦੇ ਪ੍ਰਤੀ ਆ ਗਿਆ ਤੇ ਜਿਹੜਾ ਸਾਡੇ ਅੰਦਰ ਲੋਭ ਸੀਗਾ ਮੈਨੂੰ ਆ ਵੀ ਖਡਾਉਣਾ ਮਿਲ ਜੇ ਮੈਨੂੰ ਉਹ ਵੀ ਸਹੂਲਤ ਮਿਲ ਜੇ ਮੈਨੂੰ ਉਹ ਕੱਪੜੇ ਮਿਲ ਜੇ ਉਹ ਸਾਡੇ ਵਪਾਰ ਦੇ ਪ੍ਰਤੀ ਆ ਗਿਆ ਤੇ ਜਿੰਨੀ ਦੇਰ ਤੱਕ ਆਪਾਂ ਵਿਚਾਰਾਂ ਨੂੰ ਕੰਟਰੋਲ ਨਹੀਂ ਕਰਦੇ ਉਨੀ ਦੇਰ ਤੱਕ ਜਿਹੜੀ ਅੱਗੇ ਖੇਡ ਨਹੀਂ ਚੱਲ ਸਕਦੀ ਹੁਣ ਸੰਸਾਰ ਕੀ ਹੈ ਵਿਚਾਰਾਂ ਨੂੰ ਕੰਟਰੋਲ ਕਰਨ ਦੇ ਲਈ ਜੇ ਤਾਂ ਨਸ਼ੇ ਦਾ ਸਹਾਰਾ ਲੈ ਲੇਗਾ ਜੀ ਜੋ ਕਿ ਇੱਕ ਟੈਂਪਰੇਰੀ ਸਾਧਨ ਹੈ ਇੱਕ ਵਾਰ ਨਸ਼ਾ ਕਰ ਲਿਆ 5-7 ਘੰਟੇ ਲਈ ਸਰੀਰ ਮਸਤ ਹੋ ਗਿਆ ਉਸ ਤੋਂ ਬਾਅਦ ਜਦੋਂ ਉਹ ਨਸ਼ੇ ਦਾ ਅਸਰ ਖਤਮ ਹੋਇਆ ਦੁਗਣੇ ਵਿਚਾਰ ਚੱਲ ਪੈਂਦੇ ਨੇ ਜੀ ਨਾਲ ਡਿਪਰੈਸ਼ਨ ਚੱਲਦਾ ਨਾਲ ਸਰੀਰ ਸਾਡਾ ਖਰਾਬ ਹੁੰਦਾ ਸੋ ਮਹਾਰਾਜ ਇਹਦਾ ਹੱਲ ਦੱਸਦੇ ਆ ਕਿ ਮੇਰਾ ਬੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਕ ਦੇਵੇ ਕੱਟੇ ਜਮ ਕੇ ਫੰਦਾ ਨਾਮ ਦਾ ਔਖਦ ਜੀ ਪਰ ਉਹ ਔਖਦ ਨਾਮ ਦਾ ਰੋਗ ਤਾਂ ਹਰ ਇੱਕ ਕੱਟ ਦਿੰਦਾ ਵਿਚਾਰ ਵੀ ਖਤਮ ਕਰ ਦਿੰਦਾ ਡਿਪਰੈਸ਼ਨ ਵੀ ਖਤਮ ਕਰ ਦਿੰਦਾ ਪਰ ਉਹਦੇ ਲਈ ਜਿਹੜਾ ਹੈਗਾ ਥੋੜੀ ਮਿਹਨਤ ਹੈ ਤੇ ਸਾਡਾ ਸਮਾਜ ਜਿਹੜਾ ਅੱਜ ਕੱਲ ਦਾ ਹੋ ਗਿਆ ਉਹ ਮਿਹਨਤ ਕਰਕੇ ਰਾਜੀ ਨਹੀਂ ਅਸੀਂ ਕਹਿੰਨੇ ਆ ਵੀ ਬੈਠੇ ਆ ਬਿਠਾਇਆ ਜਿਵੇਂ ਸਾਨੂੰ ਇੱਥੇ ਟੈਕਨੀਕਲੀ ਜਿਹੜਾ ਸਾਡਾ ਸਾਰੀ ਖੇਡ ਚੱਲਦੀ ਆ ਸਾਨੂੰ ਬੈਠਿਆਂ ਬਿਠਾਇਆਂ ਸਾਰੀਆਂ ਘਰ ਦੇ ਸਮਾਨ ਮਿਲ ਜਾਂਦੇ ਆ ਸੁਭਦਾ ਮਿਲ ਜਾਂਦੀਆਂ ਨੇ ਤੇ ਅਸੀਂ ਸੋਚਦੇ ਆ ਵੀ ਬੈਠਿਆਂ ਬਿਠਾਇਆਂ ਕਿਤੇ ਰੱਬ ਵੀ ਸਾਡੇ ਤੇ ਜਾਂ ਕੋਈ ਸੰਤ ਮਹਾਂਪੁਰਸ਼ ਇਸ ਤਰ੍ਹਾਂ ਹੱਥ ਕਰਕੇ ਕਿਰਪਾ ਕਰ ਦੇਵੇ ਤੇ ਸਾਡੇ ਤੇ ਹੋ ਜਾਏ ਸੋ ਜਿੰਨੀ ਦੇਰ ਤੱਕ ਆਪਾਂ ਸਿਮਰਨ ਨਾਲ ਨਹੀਂ ਜੁੜਦੇ ਉਨੀ ਦੇਰ ਤੱਕ ਵਿਚਾਰ ਨਹੀਂ ਦੂਰ ਹੁੰਦੇ ਵਿਚਾਰਾਂ ਤੋਂ ਬਿਨਾ ਜਿਹੜਾ ਡਿਪਰੈਸ਼ਨ ਨਹੀਂ ਖਤਮ ਹੁੰਦਾ ਤੇ ਇਹ ਡਿਪਰੈਸ਼ਨ ਤੇ ਇਹ ਵਿਚਾਰ ਇਹੀ ਸਾਡੀਆਂ ਵੰਡੀਆਂ ਦੇ ਕਾਰਨ ਨੇ ਇਹੀ ਸਾਡੇ ਲਸਤ ਦਾ ਕਾਰਨ ਨੇ ਔਰ ਇਹੀ ਸਾਡੇ ਕ੍ਰੋਧ ਤੇ ਹੰਕਾਰ ਦਾ ਕਾਰਨ ਹੈ ਵਧੇ ਹੋਏ ਵਿਚਾਰ ਹੱਦ ਤੋਂ ਜ਼ਿਆਦਾ ਜਿਹੜੇ ਵਿਚਾਰ ਵੱਜ ਜਾਂਦੇ ਜਦੋਂ ਅਸੀਂ ਗੁਰਬਾਣੀ ਸਿਮਰਨ ਦੀ ਗੱਲਬਾਤ ਕਰਦੇ ਆ ਇਹਨੂੰ ਲੈ ਕੇ ਕਈ ਪ੍ਰਕਾਰ ਦੀਆਂ ਚਰਚਾਵਾਂ ਆਮ ਜਿਹੜੀ ਸੰਗਤ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਹਾਂਜੀ ਤਾਂ ਗੁਰਬਾਣੀ ਸਮਝ ਕੇ ਸਿਮਰਨ ਕਰਨ ਦਾ ਵਿਸ਼ਾ ਹਾਂਜੀ ਜਾਂ ਗੁਰਬਾਣੀ ਸਿਮਰਨ ਜੇ ਤੁਹਾਨੂੰ ਪੂਰੀ ਵਿਆਖਿਆ ਜਿਹੜੀ ਉਹ ਸਮਝ ਨਹੀਂ ਆ ਰਹੀ ਉਹਦੇ ਬਿਨਾਂ ਹੀ ਕਰਨੀ ਜਿਹੜੀ ਉਹ ਠੀਕ ਹੈ ਨਹੀਂ ਜੋ ਗੁਰਬਾਣੀ ਹੈ ਨਾ ਇਹ ਬ੍ਰਹਮ ਗਿਆਨ ਹੈ ਜੀ ਇਨੂੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਕੱਤਰ ਕੀਤਾ ਇੱਕ ਜਗ੍ਹਾ ਤੇ ਕਿਉਂਕਿ ਜਿੰਨਾ ਸਮਿਆਂ ਦੇ ਵਿੱਚ ਸਤਗੁਰ ਜੀ ਨੇ ਪ੍ਰਚਾਰ ਕੀਤਾ ਗੁਰੂ ਨਾਨਕ ਦੇ ਮਹਾਰਾਜ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਮੀਡੀਆ ਦਾ ਯੋਗ ਨਹੀਂ ਸੀਗਾ ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਪ੍ਰਚਾਰ ਕਰਨਾ ਜਿੱਥੇ ਤਾਂ ਮਹਾਰਾਜ ਆਪ ਚਲੇ ਗਏ ਸੰਗਤ ਨੂੰ ਉਹਨਾਂ ਨੇ ਲਾਹਾ ਦਿੱਤਾ ਪਰ ਪ੍ਰਚਾਰ ਨੂੰ ਅੱਗੇ ਵਧਾਉਣ ਦੇ ਵਿੱਚ ਇੱਕ ਹੀ ਇੱਕ ਸੀਗਾ ਕਿ ਰਿਟਨ ਦੇ ਵਿੱਚ ਜਿਹੜੀ ਬਚਨ ਆ ਉਹਨਾਂ ਦੇ ਉਤਾਰੇ ਕਰਕੇ ਤੇ ਅੱਗੇ ਪਹਚਾਏ ਜਾਣ ਉਹਨਾਂ ਦਿਨਾਂ ਦੇ ਵਿੱਚ ਜਿੱਥੇ ਮਹਾਰਾਏ ਪ੍ਰਚਾਰ ਕਰਦੇ ਉਹ ਆਪ ਦਾ ਪ੍ਰਚਾਰ ਵੀ ਕਿਵੇਂ ਸੱਚ ਨੂੰ ਪਾਉਣਾ ਕਿਵੇਂ ਝੂਠ ਨੂੰ ਛੱਡਣਾ ਕਿਵੇਂ ਪਾਪ ਤੋਂ ਉੱਪਰ ਉੱਠਣਾ ਕਿਵੇਂ ਦੁਬਧਾ ਕਦਮ ਕਰਨੀ ਉਹ ਆਪ ਦਾ ਨਾਲ-ਨਾਲ ਗੁਰਮਖਾਂ ਜਿਹੜੇ ਹੈਗੇ ਆ ਉਹਨਾਂ ਦੇ ਬਚਨ ਨੋਟ ਕਰਦੇ ਰਹਿੰਦੇ ਲਿਖੀ ਜਾਂਦੇ ਜੀ ਹੁਣ ਜੋ ਗੁਰਬਾਣੀ ਹੈ ਇਹ ਸਾਰੇ ਮਹਾਪੁਰਸ਼ਾਂ ਦੇ ਆਪਦੇ ਜੀਵਨ ਦਾ ਪ੍ਰੈਕਟੀਕਲ ਹੈ ਤੇ ਉਹ ਪ੍ਰੈਕਟੀਕਲ ਦੇ ਵਿੱਚੋਂ ਆਪਾਂ ਕਿਵੇਂ ਸੰਸਾਰ 'ਚ ਨਿਕਲ ਸਕਦੇ ਆ ਗੁਰਬਾਣੀ ਨੂੰ ਸਮਝ ਕੇ ਤੇ ਜਦੋਂ ਆਪਾਂ ਸਮਝਦੇ ਆ ਉਹਦਾ ਤਤਸਾਰ ਜਿਹੜਾ ਹੈ ਉਹ ਨਾਮ ਨਿਕਲਦਾ ਜੀ ਨਾਮ ਦੇ ਫਿਰ ਦੋ ਰੂਪ ਦੱਸ ਦਿੱਤੇ ਨੇ ਇੱਕ ਗੁਰਮੰਤਰ ਜਿਹੜਾ ਅਸੀਂ ਮੁਖ ਦੇ ਰਹੀਂ ਜਪਦੇ ਆ ਤੇ ਉਸ ਤੋਂ ਬਾਅਦ ਜਪਣ ਤੋਂ ਬਾਅਦ ਜਜੋ ਜੀਵ ਲੋਕ ਲੱਜਾ ਹਉਮੈ ਤੋਂ ਰਹਿਤ ਹੋ ਗਿਆ ਫਿਰ ਜਿਹੜਾ ਇੱਕ ਨਾਦੀ ਸ਼ਬਦ ਹੈ ਜਿਹੜਾ ਤੁਸੀਂ ਜਪਜੀ ਸਾਹਿਬ ਜੀ ਦੇ ਵਿੱਚ ਵੀ ਆਪਾਂ ਪੜ੍ਹਦੇ ਆ ਭਗਤ ਗਿਆਨ ਦਇਆ ਪੰਡਾਰਨ ਘਟ ਘਟ ਵਜ ਜਾਏ ਨਾਦ ਜੀ ਫਿਰ ਉਹ ਨਾਦ 'ਤੇ ਸੁਰਤ ਜੁੜਦੀ ਹੈ ਜਦੋਂ ਨਾਦ ਦੇ ਨਾਲ ਸੁਰਤ ਜੁੜ ਗਈ ਜੀਵ ਵਿਸਮਾਦੀ ਹੁੰਦਾ ਤੇ ਜੇ ਸਾਡੇ ਅੰਦਰ ਨਾਦ ਪ੍ਰਗਟ ਨਹੀਂ ਹੋਇਆ ਸਿਮਰਨ ਅਸੀਂ ਕਰਦੇ ਨਹੀਂ ਗੁਰਬਾਣੀ ਅਸੀਂ ਗਿਣਤੀ ਵਿੱਚ ਪੜੀ ਜਾ ਰਹੇ ਹਾਂ 51 ਪਾਠ ਕਰ ਲਾਏ 101 ਪਾਠ ਕਰ ਲਾਏ ਪੜਨ ਤੋਂ ਬਾਅਦ ਵੀ ਫਿਰ ਸਾਡਾ ਮਨ ਉਸੇ ਤਰੀਕੇ ਵਿਚਾਰਾਂ ਦੇ ਵਿੱਚ ਆ ਤੇ ਉਹ ਇਹ ਤਰੀਕਾ ਨਹੀਂ ਗੁਰਬਾਣੀ ਵੱਖਰੀ ਹੈ ਗੁਰਬਾਣੀ ਵਿੱਚੋਂ ਸਮਝ ਕੇ ਸਿਮਰਨ ਦੀ ਸਟੇਜ ਵੱਖਰੀ ਹੈ ਸਿਮਰਨ ਤੋਂ ਬਾਅਦ ਫਿਰ ਅੱਗੇ ਧਿਆਨ ਦੀ ਨਾਦ ਦੀ ਜੋ ਸਾਡਾ ਦਸਵਾਂ ਕਰਾ ਹੈ ਜੋ ਅੱਗੇ ਸੱਚਾ ਮੈਲ ਹੈ ਇਹ ਸਾਰੀ ਖੇੜ ਇੱਕ ਵੱਖਰੀ ਵੱਖਰੀ ਹੈ ਪੜਾਈ ਹੈ ਜੀ ਹਾਂਜੀ ਬਾਈ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਗੁਰਬਾਣੀ ਸਿਮਰਨ ਦੀ ਹਾਂਜੀ ਬਾਈ ਤਾਂ ਗੁਰਬਾਣੀ ਸਿਮਰਨ ਨੂੰ ਲੈ ਕੇ ਵੱਖ-ਵੱਖ ਪ੍ਰਕਾਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਪ੍ਰਚਲਿਤ ਨੇ ਤਾਂ ਸਹੀ ਤਰੀਕਾ ਕੀ ਹੈ ਸਿਮਰਨ ਦਾ ਜਾਂ ਸਿਮਰਨ ਦਾ ਕੋਈ ਸਮਾਂ ਹੁੰਦਾ ਹੈ ਜਾਂ ਤੁਸੀਂ ਹਰ ਸਮੇਂ ਜਿਹੜਾ ਉਹ ਸਿਮਰਨ ਗੁਰਬਾਣੀ ਸਿਮਰਨ ਕਰ ਸਕਦੇ ਹੋ ਹਾਂਜੀ ਗੁਰਬਾਣੀ ਗੁਰੂ ਤਾਂ ਬੈਠ ਕੇ ਵਿਚਾਰ ਕੇ ਜੀ ਪੜਨ ਦਾ ਵਿਸ਼ਾ ਨੇ ਗੁਰਬਾਣੀ ਨੂੰ ਤੁਸੀਂ ਇਹ ਨਹੀਂ ਕਿ ਆਪਾਂ ਵੀ ਵੱਧੋ-ਵੱਧ ਪੜੀਏ ਗੁਰਬਾਣੀ ਨੂੰ ਘਟੋ-ਘੱਟ ਪੜ ਕੇ ਵਿਚਾਰੀਏ ਵੱਧੋ-ਵੱਧ ਜੀ ਹੁਣ ਮੇਰੀ ਗੱਲ ਦਾ ਇੱਥੇ ਅਰਥ ਇਹ ਨਹੀਂ ਵੀ ਆਪਾਂ ਗੁਰਬਾਣੀ ਘੱਟ ਪੜਨੀ ਆ ਘੱਟ ਪੜਨ ਤੋਂ ਬਾਅਦ ਭਾਵਿਆ ਜੇ ਆਪਾਂ 1 ਘੰਟੇ ਬਾਣੀ ਪੜਦੇ ਆਂ ਜੀ ਤੇ ਆਪਾਂ ਆਮ ਕਹਿ ਦਿੰਨੇ ਜੀ ਮੈਂ 1 ਘੰਟੇ ਵਿੱਚ 40 ਅੰਗ ਪੜ ਲੈਣਾ ਜੀ ਮੈਂ 50 ਅੰਗ ਪੜ ਲੈਣਾ ਪਰ ਜੇ 1 ਘੰਟੇ ਦੇ ਵਿੱਚ 1 ਡੇਡ ਜਾਂ 2 ਅੰਗ ਜੇ ਆਪਾਂ 2 ਸ਼ਬਦ ਵਿਚਾਰ ਲਈਏ ਜੋ ਸਾਡੇ ਮਨ ਦੇ ਉੱਪਰ ਚੋਟ ਦੇ ਜਾਣ ਤਾਂ ਉਹ ਗੁਰਬਾਣੀ ਪੜਨ ਦਾ ਸਹੀ ਟੰਗ ਹੈ ਪਰ ਜੋ ਫਿਰ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਆਂ ਤੇ ਫਿਰ ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵਾਸ ਤੇ ਗ੍ਰਾਸ ਸਿਮਰਨ ਦੀ ਗੱਲ ਕੀਤੀ ਆ ਜੀ ਮਹਾਰਾਜ ਕਹਿੰਦੇ ਜਿਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਤਨ ਸਿਸਈ ਨਾਨਕਾ ਪੂਰਨ ਸੋਈ ਸੰਤ ਸਵਾਸ ਤੋਂ ਗਰਾਸ ਤੋਂ ਮਤਲਬ ਹੈਗਾ ਵੀ ਜਿਵੇਂ ਹੁਣ ਸਾਡਾ ਸਾਹ ਆ ਇਹ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਇੱਕ ਸਾਹ ਅੰਦਰ ਜਾਂਦਾ ਇਹਨੂੰ ਸਾਸ ਕਹੈਤਾ ਦੂਜਾ ਬਾਹਰ ਆ ਗਿਆ ਇਹਨੂੰ ਗਰਾਸ ਕਹੈਤਾ ਇਸੇ ਤਰੀਕੇ ਮਹਾਰਾਜ ਕਹਿੰਦੇ ਵੀ ਜੇਤੇ ਸਾਹ ਸਾਸ ਮੰਨ ਲੇਤਾ ਤੇਤੇ ਹੀ ਗੁਣ ਗਾਈਏ ਵੀ ਜਿੰਨੇ ਸਾਹ ਤੂੰ ਲੈ ਰਿਆਂ ਜੀ ਹਰ ਸਾਹ ਦੇ ਨਾਲ ਸ਼ਬਦ ਦਾ ਅਭਿਆਸ ਕਰ ਉਹ ਚਾਹੇ ਤੁਰਦਾ ਫਿਰਦਾ ਕਰ ਚਾਹੇ ਲੰਮਾ ਪੈ ਗਈ ਕਰ ਚਾਹੇ ਖੰਦਾ ਕਰ ਉਠਤ ਬੈਠਤ ਸੋਵਤ ਨਾ ਤੇ ਉਹ ਉਹ ਉਸੇ ਸਵਾਸਗ੍ਰਾਸ ਸ਼ਬਦ ਨੂੰ ਫਿਰ ਮਹਾਰਾਜ ਨੇ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਵੀ ਸਾਹ ਅੰਦਰ ਜਾਂਦਾ ਤੇ ਵਾਹ ਤੇ ਬਾਹਰ ਆਉਂਦਾ ਤੇ ਗੁਰੂ ਜੇ ਖੱਬਾ ਪੈਰ ਰੱਖਦਾ ਤੇ ਵਾਹ ਸੱਜਾ ਪੈਰ ਰੱਖਦਾ ਤੇ ਗੁਰੂ ਇਹ ਯੁਕਤ ਦਸੀਆ ਕਿ ਮੁੱਖੋਂ ਬੋਲ-ਬੋਲ ਕੇ ਗੁਰਮੰਤਰ ਵਾਹਿਗੁਰੂ ਦਾ ਅਭਿਆਸ ਕਰ ਤੇ ਨਾਲ-ਨਾਲ ਤੂੰ ਆਪਦਾ ਕੰਮ ਕਰੀ ਜਾ ਨਾ ਤੇਰੇ ਵਿਚਾਰ ਵਧਣਗੇ ਨਾ ਤੇਰੇ ਉੱਪਰ ਕੋਈ ਡਿਪਰੈਸ਼ਨ ਨਾ ਸਟ्रेस ਹੋਊਗਾ ਤੇ ਗੁਰੂ ਨਾਲ ਵੀ ਜੁੜਿਆ ਰਹੇਗਾ ਜੀ ਹਾਂਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲਬਾਤ ਕਰਦੇ ਆ ਤਾਂ ਕਿਹਾ ਜਾਂਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ ਹਾਂਜੀ ਤਾਂ ਇਹ ਕਨਸੈਪਟ ਵੀ ਜਰਾ ਕਲੀਅਰ ਕਰੋ ਕਿ ਜਗਤ ਗੁਰੂ ਕਿਸ ਢੰਗ ਦੇ ਨਾਲ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਜਿਹੜੀ ਮਹਾਰਾਜ ਦੀ ਰਚਨਾ ਹੋਈ ਹੈ ਨਾ ਜੀ ਜੀ ਇਹਦੇ ਜਗਤ ਗੁਰੂ ਹੋਣ ਦਾ ਪ੍ਰਮਾਣ ਇਹ ਹੈ ਕਿ ਜੋ ਵੀ ਜੀਵ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਲਏਗਾ ਉਹ ਚਾਹੇ ਕਿਸੇ ਵੀ ਵਰਨ ਦਾ ਚਾਹੇ ਕਿਸੇ ਵੀ ਕੌਮ ਦਾ ਉਹ ਸੱਚ ਵਿੱਚ ਸਮਾ ਜਾਏਗਾ ਮਹਾਰਾਜ ਕਿਸੇ ਨਾਲ ਫਰਕ ਨਹੀਂ ਕਰਦੇ ਜੀ ਉਹਨਾਂ ਦੇ ਬਚਨ ਹੀ ਐਸੇ ਆ ਔਰ ਫਿਰ ਦੂਜਾ ਜਿਹੜਾ ਅ ਗੁਰੂ ਅਰਜਨ ਦੇ ਮਹਾਰਾਜ ਨੇ ਜਦੋਂ ਬਾਣੀ ਨੂੰ ਇਕੱਤਰ ਕੀਤਾ ਤੇ ਉਹਨਾਂ ਨੇ ਇਸ ਅਵਸਥਾ ਨੂੰ ਹਉਮੈ ਵਿੱਚ ਨਹੀਂ ਜੀ ਜਦੋਂ ਇਕੱਤਰੀ ਕਰਨ ਬਾਣੀ ਦਾ ਹੋਣ ਲੱਗਾ ਇੱਕੇ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਇਕੱਠੀ ਹੋਈ ਬਾਣੀ ਉਦੋਂ ਸਾਰੇ ਨਗਰਾਂ ਦੇ ਵਿੱਚ ਗੁਰਮਖਾਂ ਨੂੰ ਭੇਜਿਆ ਗਿਆ ਦੂਰ ਦੂਰ ਤੱਕ ਵੀ ਹੋਰ ਵੀ ਜਿੰਨੇ ਸੰਤ ਭਗਤ ਗੁਰਨਾਣਕ ਸਾਹਿਬ ਤੋਂ ਪਹਿਲਾਂ ਹੋਏ ਆ ਕਬੀਰ ਸਾਹਿਬ ਹੋਏ ਨਾਮਦੇਵ ਜੀ ਹੋਏ ਜੀ ਭਗਤ 베ੜੀ ਜੀ ਹੋਏ ਆ ਰਵਿਦਾਸ ਜੀ ਮਹਾਰਾਜ ਹੋਏ ਸੋ ਉਹਨਾਂ ਸਾਰਿਆਂ ਦੇ ਬਚਨ ਥੋੜੇ ਤੋਂ ਥੋੜਾ ਵੀ ਜਿੰਨਾ ਵੀ ਆਕਾਰ ਮਾਰਿਆ ਨੇ ਦੇਣਾ ਸੀ ਸਾਰੇ ਇਕੱਤਰ ਕੀਤੇ ਆ ਵੀ ਕਿਸੇ ਨਾਲ ਭੇਤ ਨਹੀਂ ਕੀਤਾ 15 ਭਗਤਾਂ ਦੇ 11 ਪੱਟਾਂ ਦੇ ਸੋ 6 ਗੁਰਮਖ ਸਹਿਬਾਨ ਆਪਣੇ ਗੁਰੂ ਸਹਿਬਾਨ ਦੇ ਸੋ ਇਸ ਕਰਕੇ ਵੀ ਉਹਨਾਂ ਇਹਦੇ ਵਿੱਚ ਦੱਸਿਆ ਵੀ ਫਿਰ ਇੱਕ ਜਿੱਥੇ ਮਾਲਕ ਦੇ ਨਾਮ ਦੀ ਗੱਲ ਆਉਂਦੀ ਹੈ ਉੱਥੇ ਉਹਨਾਂ ਨੇ ਇਹ ਨਹੀਂ ਆਖਿਆ ਵੀ ਮਾਲਕ ਦਾ ਇੱਕ ਹੀ ਨਾਮ ਹੈ ਗੁਰਬਾਣੀ ਵਿੱਚ ਹਰੀ ਵੀ ਆਇਆ ਰਾਮ ਵੀ ਆਇਆ ਅੱਲਾ ਵੀ ਆਇਆ ਵਾਹਿਗੁਰੂ ਵੀ ਆਇਆ ਸੋ ਇਸ ਕਰਕੇ ਜਿਹੜਾ ਗੁਰਬਾਣੀ ਦਾ ਸੰਦੇਸ਼ ਤੁਸੀਂ ਜਦੋਂ ਪੜ੍ਹੋਗੇ ਕੋਈ ਵੀ ਧਰਮ ਗ੍ਰੰਥ ਹੈ ਉਹ ਕਿਸੇ ਇੱਕ ਕਿੱਤੇ ਜਾਂ ਖਾਸ ਕੌਮ ਦਾ ਨਹੀਂ ਹੁੰਦਾ ਹਾਂ ਜਿਹੜੇ ਉਹਦੇ ਫਿਰ ਸਰਮਾਏਦਾਰ ਬਣ ਜਾਂਦੇ ਨੇ ਜੀ ਉਹ ਉਹਨੂੰ ਵੰਡਦੇ ਆ ਤੇ ਉਹ ਵੰਡਦੇ ਤਾਂ ਆ ਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਦੇ ਤਾਂ ਹੈ ਨਹੀਂ ਬਸ ਰਮਾਲਾ ਸਾਹਿਬ ਹੀ ਨਹੀਂ ਕਦੇ ਉਤਾਰ ਕੇ ਦੇਖਦੇ ਦੂਰੋਂ ਆਪਾਂ ਨਤਮਸਤਕ ਹੋਏ ਜੀ ਮੱਥਾ ਟੇਕਿਆ ਤੇ ਆਪਾਂ ਨੂੰ ਸ਼ਾਇਦ ਲੱਗਣ ਲੱਗ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਜਿਹੜੇ ਨੇ ਸਿੱਖਾਂ ਦੇ ਗੁਰੂ ਨੇ ਗੀਤਾ ਜਿਹੜੀ ਹੈ ਉਹ ਹਿੰਦੂਆਂ ਦੀ ਹੈ ਪੁਰਾਣ ਮੁਸਲਮਾਨਾ ਦੀ ਤੇ ਜੇ ਵਿਚਾਰ ਲਈਏ ਵਿੱਚ ਸ਼ਬਦ ਦੀ ਕਹਾਣੀ ਇੱਕ ਜੀ ਸੋ ਗੁਰਬਾਣੀ ਨੂੰ ਨਾ ਵਿਚਾਰਨ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਜੀ ਇਹ ਤਾਂ ਜੀ ਖਾਸ ਕਿਸੇ ਇੱਕ ਕੌਮ ਦੇ ਨੇ ਪਰ ਜਦੋਂ ਗੁਰਬਾਣੀ ਨੂੰ ਵਿਚਾਰੀਏ ਤੇ ਤਾਂ ਖੰਡਾ ਬ੍ਰਹਮੰਡਾਂ ਦੀ ਬਾਣੀ ਹੈ ਸਾਰੇ ਚਾਰੇ ਵਰਨ ਕਿਆ ਅੱਜ ਵਰਲਡ ਦੀ ਆਬਾਦੀ 870 80 ਕਰੋੜ ਦੇ ਬਰਾਬਰ ਆ ਤੇ ਕੋਈ ਆ ਜਾ ਮਹਾਰਾਜ ਦੀ ਬਾਣੀ ਨੂੰ ਵਿਚਾਰੇ ਉਹਨਾਂ ਦੇ ਮੁਤਾਬਕ ਸਿਮਰਨ ਕਰੇ ਸਿਮਨ ਕਰਕੇ ਇਸ ਦੇਹੀ ਦੀ ਖੋਜ ਕਰੇ ਇਸ 10 ਦਰਵਾਜਿਆਂ ਦੇ ਸਰੀਰ ਦੀ ਤੇ ਉਹ ਪਾਰਬ੍ਰਮ ਦੇ ਵਿੱਚ ਅਪੇਧ ਹੋਏਗਾ ਆਪਾਂ ਗੱਲਬਾਤ ਕਰਦੇ ਆ ਨਾਮ ਪ੍ਰਾਪਤੀ ਦੀ ਬਿਲਕੁਲ ਤੇ ਨਾਮ ਕੀ ਹੈ ਤੇ ਇਹਦੀ ਪ੍ਰਾਪਤੀ ਹੋ ਸਕਦੀ ਹੈ ਤੇ ਕਿਸ ਤਰ੍ਹਾਂ ਹੋ ਸਕਦੀ ਹੈ ਜਿਹੜਾ ਨਾਮ ਆ ਉਹ ਚਾਰੇ ਵਰਨਾਂ ਨੂੰ ਇੱਕੋ ਹੀ ਦਿੱਤਾ ਗਿਆ ਜੀ ਜਿਹੜਾ ਨਾਮ ਹੈ ਨਾ ਜਿਹੜਾ ਆਪਾਂ ਪ੍ਰਾਪਤ ਕਰਨਾ ਹੈ ਉਹ ਚਾਹੇ ਗੋਰਾ ਚਾਹੇ Hindu ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਸਾਰਿਆਂ ਦੇ ਲਈ ਅਕਾਲਪੁਰਖ ਨੇ ਇੱਕੋ ਹੀ ਨਾਮ ਰੱਖਿਆ ਤੇ ਉਹ ਅਕਾਲਪੁਰਖ ਸੱਚੇ ਪਾਤਸ਼ਾਹ ਜੀ ਆਪ ਦਿੰਦੇ ਆ ਜੀ ਪਰ ਉਹਦੇ ਤੱਕ ਪਹੁੰਚਣ ਦੇ ਲਈ ਵੱਖਰੇ ਵੱਖਰੇ ਜਿਵੇਂ ਗਿਆਨ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਜਾਂ ਕੋਈ ਜੀਵ ਵਾਹਿਗੁਰੂ ਜਪ ਲਵੇ ਕੋਈ ਰਾਮ ਜਪ ਲਵੇ ਤਰੀਕੇ ਦੇ ਨਾਲ ਜੁਕਤ ਨਾਲ ਕੋਈ ਅੱਲਾ ਜਪ ਲਵੇ ਪਰ ਜਪਣ ਤੋਂ ਬਾਅਦ ਜਦੋਂ ਉਹ ਨਾਮ ਦੀ ਪ੍ਰਾਪਤੀ ਦੇ ਲਈ ਅਸੀਂ ਸਹਜ ਦੇ ਵਿੱਚ ਬੈਠਾਂਗੇ ਜੋ ਅਨਹਦ ਧੁਨ ਅੰਦਰ ਸਾਡੇ ਵੱਜੂਗੀ ਉਹ ਇੱਕੋ ਹੀ ਵੱਜੇਗੀ ਜੀ ਨਾਮ ਜਿਹੜਾ ਹੈ ਉਹ ਅਨਹਦ ਹੈ ਅਨਹਦ ਤੋਂ ਭਾਵ ਹੈ ਵੀ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਨਹੀਂ ਵੱਜਦਾ ਉਹ ਇੱਕ ਸਾਊਂਡ ਹੈ ਜੀ ਗੁਰਬਾਣੀ ਕਹਿੰਦੀ ਆ ਇਸ ਰੂਪ ਨਾਰੇਖ ਅਨਾਹਦ ਵਜੈ ਸਬਦ ਨਰੰਜਨ ਕੀਆ ਜਿਹੜੇ ਨਾਮ ਦੀ ਆਪਾਂ ਗੱਲ ਕਹਿੰਦੇ ਆ ਵੀ ਸਾਨੂੰ ਨਾਮ ਦਾਣ ਮਿਲ ਜਾਏ ਸਾਨੂੰ ਪ੍ਰਾਪਤੀ ਹੋ ਜਾਏ ਉਹ ਕੋਈ ਵੀ ਇਨਸਾਨ ਨਹੀਂ ਕਿਸੇ ਨੂੰ ਦੇ ਸਕਦਾ ਨਾਮ ਪੂਰਾ ਸਤਗੁਰ ਪ੍ਰਕਾਸ਼ ਰੂਪ ਸਤਗੁਰ ਸਾਡੇ ਆਤਮਿਕ ਸਤਗੁਰ ਹੀ ਸਾਨੂੰ ਦਿੰਦੇ ਨੇ ਇਸ ਦੇਹੀ ਵਿੱਚ ਬੈਠੇ ਆ ਤੇ ਉਹ ਅਨਾਹਦ ਆ ਉਹ ਸਾਊਂਡ ਦੇ ਵਿੱਚ ਵਜਦਾ ਉਹ ਤਨਾਤਮਿਕ ਆ ਜਿਵੇਂ ਨਾਦ ਦੀ ਸਾਊਂਡ ਆ ਜਿਵੇਂ ਘੰਗਰੂਆਂ ਦੀ ਸਾਊਂਡ ਆ ਜਿਵੇਂ ਮਹਾਰਾਜ ਕਹਿੰਦੇ ਨੇ ਤੇਰਾ ਜਨ ਨਿਰਤ ਕਰੈ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਇਸ ਤਰ੍ਹਾਂ ਦੇ ਸਾਜ਼ਾਂ ਦੇ ਰੂਪ ਦੇ ਵਿੱਚ ਆਪਣੇ ਇਸ ਦੇਹੀ ਦੇ ਵਿੱਚ ਨਾਮ ਵਜਦਾ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਵਾਜੇ ਪੰਚ ਸ਼ਬਦ ਤਿਤਕਾਰ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਤ ਕਰਤਾ ਸੋ ਇਹ ਨਾਮ ਆ ਉਸ ਨਾਮ ਦੀ ਪ੍ਰਾਪਤੀ ਦੇ ਲਈ ਹੁਣ ਜੇ ਤੁਸੀਂ ਇੰਗਲਿਸ਼ ਜਾਣਦੇ ਆ ਤੇ ਮੈਂ ਤੁਹਾਨੂੰ ਇੰਗਲਿਸ਼ ਚੋਂ ਦੀ ਵਿਆਖਿਆ ਕਰਕੇ ਦੱਸਾਂਗਾ ਜੀ ਤੇ ਤੁਸੀਂ ਕਹੋਗੇ ਜੀ ਮੈਂ ਵਾਇਗਰੂ ਨਹੀਂ ਜਪ ਸਕਦਾ ਮੈਨੂੰ ਔਖਾ ਲੱਗਦਾ ਹੈ ਮੈਂ ਅੱਲਾਹ ਨੂੰ ਜਪ ਸਕਦਾ ਤੁਸੀਂ ਜਪ ਸਕਦੇ ਆ ਅੱਲਾਹ ਨੂੰ ਜਪੋ ਆ ਵੇ ਆਖਿਆ ਨਾਮ ਦੀ ਪਰ ਜਦੋਂ ਆਪਾਂ ਅੰਦਰ ਬੈਠ ਗਏ ਜਿੱਥੇ ਕੋਈ ਵਿਚਾਰ ਨਹੀਂ ਜਿੱਥੇ ਸਿਰਫ ਸਹਿਜ ਹੀ ਸਹਿਜ ਹੈ ਗੁਰਮਖੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਉੱਥੇ ਫਿਰ ਜਾ ਕੇ ਤੁਹਾਡੀ ਵੀ ਸੁਰਤ ਉਸੇ ਨਾਮ ਚ ਜਾਊਗੀ ਮੇਰੀ ਵੀ ਉਸੇ ਜਾਊ ਹਿੰਦੀ ਹਿੰਦੂ ਦੀ ਵੀ ਉਸੇ ਜਾਊ ਗੋਰੇ ਦੀ ਵੀ ਉਸੇ ਜਾਊ ਸਭ ਉਸੇ ਨਾਮ ਚ ਜਾਣਗੇ ਸਭ ਮਹਿਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋ ਉਹ ਫਿਰ ਉੱਥੇ ਜਾ ਕੇ ਕਨਸੈਪਟ ਬਣਦਾ ਪੂਰਾ ਨਾਮ ਅਨਹਦ ਹੈ ਉਹਨੂੰ ਪਾਉਣ ਦੇ ਲਈ ਤੁਸੀਂ ਇਥੇ ਵੱਖੋ ਵੱਖਰੀ ਭਾਸ਼ਾ ਵਿੱਚ ਵੱਖੋ ਵੱਖਰੇ ਅਸੰਖ ਨਾਮ ਸੰਗਤਾਂ ਇਹਾ ਸਕਦੇ ਹਾਂ ਜੀ ਹਉਮੈ ਇਰਖਾ ਮਾਰਨੀ ਪੈਂਦੀ ਹੈ ਨਾਮ ਪ੍ਰਾਪਤੀ ਲਈ ਬਿਲਕੁਲ ਜੀ ਜਿਹੜੀ ਇਹ ਹਉਮੈ ਆ ਇਹ ਸਾਡਾ ਮਨ ਦਾ ਬੜਾ ਵੱਡਾ ਬੰਨਣ ਹੈ ਹਉਮੈ ਸਾਨੂੰ ਨਾਮ ਨਹੀਂ ਜਪਣ ਦਿੰਦੀ ਕਿਉਂਕਿ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਹਉਮੈ ਨੇ ਸਾਨੂੰ ਮੋੜ ਮੋੜ ਕੇ ਕਰਮ ਦੇ ਨਾਲ ਜੋੜਨਾ ਹੈ ਗ੍ਰਸਥ ਨਾਲ ਜੋੜਨਾ ਹੈ ਬੱਚਿਆਂ ਦੇ ਨਾਲ ਜੋੜਨਾ ਹੈ ਸਾਡੇ ਵਪਾਰ ਦੇ ਨਾਲ ਜੋੜਨਾ ਹੈ ਤੇ ਜੇ ਆਪਾਂ ਮਨ ਦੇ ਵਿੱਚ ਇਹ ਹੋਮੇ ਬੈਠੀ ਕਿਤੇ ਸਾਡੇ ਮਨ ਦੇ ਵਿੱਚ ਬੈਠੀ ਆ ਤੇ ਜੇ ਆਪਾਂ ਸਲਾਹ ਵੀ ਕਰ ਲਾਂਗੇ ਵੀ ਕਿਉਂ ਨਾ ਵੀ ਅੱਜ ਗੁਰਮਖਾਂ ਦੇ ਬਚਨ ਸੁਣੇ ਆ ਅੱਜ ਗੁਰੂ ਘਰ ਚੋਂ ਬਾਣੀ ਸੁਣੀ ਆ ਜਾਂ ਅੱਜ ਆਪਾਂ ਹੀ ਦੋਨੋਂ ਮਿਲੇ ਆ ਤੇ ਸ਼ਾਮ ਨੂੰ ਤੁਸੀਂ ਜਦੋਂ ਸਲਾਹ ਕਰੋਗੇ ਵੀ ਬੜਾ ਸੋਹਣਾ ਗੱਲ ਤਾਂ ਬੜੀ ਸੋਹਣੀ ਹੋਈ ਮੈਂ ਵੀ ਨਾ ਨਾਮ ਜਪਾਂ ਉਹ ਜਿਹੜੀ ਅੰਦਰ ਹਿਰਦੇ 'ਚ ਬੈਠੀ ਏ ਉਹਨੇ ਤੁਹਾਨੂੰ ਅੰਦਰੋਂ ਹੀ ਕਹਿਣਾ ਆ ਉਹ ਵਿਚਾਰ ਦੇਣ ਲੱਗ ਜਾਨੇ ਆ ਵੀ ਜੇ ਨਾਮ ਜਪਾਂਗੇ ਆਪਣਾ ਉਹ ਕੰਮ ਕਿਵੇਂ ਹੋਏਗਾ ਜੇ ਆਪਾਂ ਅਭਿਆਸ ਕਰਾਂਗੇ ਤੇ ਆਪਣਾ ਉਹ ਕੰਮ ਕਿਵੇਂ ਹੋਏਗਾ ਤੇ ਕਿਸੇ ਨੇ ਤੁਹਾਨੂੰ ਬਾਹਰੋਂ ਨਹੀਂ ਅੰਦਰਲੇ ਵਿਚਾਰਾਂ ਨਹੀਂ ਤੁਹਾਨੂੰ ਰੋਕ ਦੇਣਾ ਜੀ ਤੇ ਜੇ ਤੁਸੀਂ ਕਰਕੇ ਬੈਠ ਵੀ ਗਏ ਤਾਂ ਸਾਡੇ ਜਿਹੜੀ ਬਾਡੀ ਦੀ ਸਟੈਬਿਲਿਟੀ ਆ ਉਹ ਕਰਮ ਦੇ ਨਾਲ ਇੰਨੀ ਮੈਚੂਰ ਹੋ ਗਈ ਆ ਤੇ ਸਾਡੀ ਬਾਡੀ ਸਾਡਾ ਸਾਥ ਨਹੀਂ ਦਿੰਦੀ ਕਿਉਂਕਿ ਜਪਿਆ ਹੀ ਨਹੀਂ ਕਦੇ ਤੇ ਫਿਰ ਗੁਰਮੁਖ ਕਹਿੰਦੇ ਜਦੋਂ ਜਪਣ ਲੱਗਦੇ ਆ ਸਾਡਾ ਚੌਂਕੜਾ ਨਹੀਂ ਲੱਗਦਾ ਜੀ ਸਾਡਾ ਜੀ ਅੱਖਾਂ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਜੀ ਸਾਡੇ ਤਾਂ ਉੱਥਿਆ ਨਹੀਂ ਜਾਂਦਾ ਜੀ ਤੇ ਉਧਰੋਂ ਹਮੈਂ ਕਹਿੰਦੀ ਆ ਵੀ ਆਪਾਂ ਕੰਮ ਤੇ ਵੀ ਜਾਣਾ ਆ ਜਾਣਾ ਸੋ ਇਹ ਬੜਾ ਵੱਡਾ ਇੱਕ ਜੋਧਾ ਜੀ ਜੀਵ ਆਪ ਦੇ ਨਾਲ ਆਪ ਕਰਦਾ ਹੈ ਜੋ ਤਾਂ ਇਹ ਯੁੱਧ ਕਰਦੇ ਨੇ ਉਹ ਬ੍ਰਹਮ ਦੀ ਉਸ ਦਰਗਾਹ ਵਿੱਚ ਪ੍ਰਵਾਨ ਨੇ ਤੇ ਜੀਵ ਇਹ ਜੋ ਯੁੱਧ ਨੂੰ ਛੱਡ ਕੇ ਤੇ ਦੂਜਿਆਂ ਦੇ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੰਦਾ ਸੋ ਹਉਮੈ ਹੋ ਗਈ ਲੋਕ ਲੱਜਾ ਹੋ ਗਈ ਜਿਹੜੀ ਸਾਡੇ ਅੰਦਰ ਔਗਣਾ ਦੇ ਵਿਚਾਰ ਨੇ ਇਹ ਤਾਂ ਵੇਖੋ ਛੱਡਣਾ ਹੀ ਪੈਣਗੇ ਇਹਨਾਂ ਤੋਂ ਛੱਡਿਆਂ ਤੋਂ ਬਿਨਾ ਸਿਮਰਨ ਨਹੀਂ ਹੋਣਾ ਤੇ ਸਿਮਰਨ ਤੋਂ ਬਿਨਾ ਪ੍ਰਾਪਤੀ ਨਹੀਂ ਹੋਏਗੀ ਜਦੋਂ ਅਸੀਂ ਸਮਾਜਿਕ ਕ੍ਰੀਤੀਆਂ ਦੀ ਗੱਲਬਾਤ ਕਰਦੇ ਹਾਂ ਤਾਂ ਡਰੱਗਸ ਵੱਡਾ ਮੁੱਦਾ ਨੇ ਇੱਥੇ ਵੀ ਵੱਡਾ ਮੁੱਦਾ ਨੇ ਬਿਲਕੁਲ ਪੰਜਾਬ ਦੇ ਵਿੱਚ ਵੀ ਵੱਡਾ ਮੁੱਦਾ ਨੇ ਬਿਲਕੁਲ ਤਾਂ ਕੀ ਡਰੱਗਸ ਛੱਡਣ ਦੇ ਲਈ ਗੁਰਬਾਣੀ ਸਿਮਰਨ ਮਾਧਿਅਮ ਬਣ ਸਕਦਾ ਇਹ ਇਸ ਤਰ੍ਹਾਂ ਆ ਜੀ ਇਹ ਦੋ ਤਰ੍ਹਾਂ ਦੀ ਵਿੱਦਿਆ ਸੰਸਾਰ ਵਿੱਚ ਚੱਲਦੀ ਹੈ ਇੱਕ ਮਨਮਤ ਇੱਕ ਗੁਰਮਤ ਜੀ ਇਹ ਸਾਰਾ ਖੇਡ ਸਾਡੇ ਬਜ਼ੁਰਗਾਂ ਨੇ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਜਾਂ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਵੀ ਹੰਡਾਇਆ ਗਿਆ ਉਸ ਵਕਤ ਵੀ ਔਗਣਾ ਨੇ ਤਾਂ ਹਰ ਵਕਤ ਜ਼ੋਰ ਪਾਉਣਾ ਹੈ ਜਦੋਂ ਵੀ ਜੀਵ ਇਸ ਧਰਤੀ ਤੇ ਜਨਮ ਲੈ ਕੇ ਆਉਂਦਾ ਤਾਂ ਇਸ ਜਿਹੜੇ ਇਹ ਔਗਣ ਆ ਚਾਹੇ ਉਹ ਡਰੱਗਸ ਦੇ ਆ ਚਾਹੇ ਅੱਜਕੱਲ ਬਹੁਤੇ ਜੀਵ ਜਿਹੜੇ ਛੋਟੀ ਏਜ ਦੇ ਵਿੱਚ ਪਰਤਰੀ ਪਰ ਰੂਪ ਦੇ ਪ੍ਰਤੀਕਰਸ਼ਿਤ ਹੋ ਕੇ ਕਾਮਵਸ ਪੈ ਰਹੇ ਆ ਜੀ ਇਹ ਸਭ ਤੋਂ ਵੱਡਾ ਔਗਣਾ ਸਾਡੇ ਛੋਟੇ ਛੋਟੇ ਬੱਚੇ ਇੱਥੇ ਆਉਂਦੇ ਨੇ ਉਹਨਾਂ ਦੀਆਂ ਜਦੋਂ ਗੱਲਾਂ ਬਾਤਾਂ ਸੁਣਨੇ ਆ ਸੁਣੀਆਂ ਨਹੀਂ ਜਾਂਦੀਆਂ ਸੋ ਇਹਨਾਂ ਵਾਸਤੇ ਜਿਹੜੇ ਇੱਕ ਖੇਡ ਆ ਉਹ ਗੁਰੂ ਘਰਾਂ ਦੀ ਮੰਦਰਾਂ ਤੇ ਮਸਜਿਦਾਂ ਦੀ ਤੇ ਗਿਰਜਾ ਘਰਾਂ ਦੀ ਡਿਊਟੀ ਆ ਜੀ ਕਿਉਂਕਿ ਗੁਰਮਤ ਜਿਹੜੀ ਆ ਉਹਦੇ ਅਸਥਾਨ ਵੱਖਰੇ ਆ ਮਨਮਤ ਦੇ ਅਸਥਾਨ ਵੱਖਰੇ ਆ ਹੁਣ ਮਨਮਤ ਤਾਂ ਆਪਦਾ ਕੰਮ ਪੂਰਾ ਕਰਦੀ ਪਈਏ ਟੈਕਨੋਲੋਜੀ ਤੇ ਤੁਸੀਂ ਚਲੇ ਜਾਓ ਜੀ ਸੋਸ਼ਲ ਮੀਡੀਆ ਤੇ ਤੁਸੀਂ ਚਲੇ ਜਾਓ ਗਨ ਕਲਚਰ ਲਾ ਲਓ ਸੌਂਗ ਕਲਚਰ ਲਾ ਲਓ ਫਿਲਮਾਂ ਦਾ ਕਲਚਰ ਲਾ ਲਓ ਫੈਸ਼ਨ ਲਾ ਲਓ ਮਨਮਤ ਦਾ ਪ੍ਰਚਾਰ ਤਾਂ ਪੂਰੇ ਜੋਰਾਂ ਤੇ ਹੁੰਦਾ ਪਿਆ ਜਿਹੜੀ ਗੁਰਮਤ ਨੇ ਸਿਮਰਨ ਨੇ ਗੁਰਬਾਣੀ ਦਾ ਪ੍ਰਚਾਰ ਆ ਉਹ ਜਿਹੜੇ ਸਾਡੇ ਆਗੂ ਨੇ ਉਹ ਆਪ ਝਗੜੇ ਦੇ ਵਿੱਚ ਪਏ ਹੋਏ ਆ ਤੇ ਸਿਮਰਨ ਕੌਣ ਕਰਾਵੇ ਜੀ ਗੁਰਬਾਣੀ ਕੌਣ ਪੜਾਵੇ ਤੇ ਜਿਹੜਾ ਗੁਰਮਤ ਦਾ ਪ੍ਰਚਾਰ ਆ ਉਹ ਹੋ ਤਾਂ ਰਿਹਾ ਹੈ ਪਰ ਉਸ ਲੈਵਲ ਤੇ ਨਹੀਂ ਹੋ ਰਿਹਾ ਵੀ ਜਿਹੜਾ ਇਸ ਚੀਜ਼ ਨੂੰ ਕੱਟ ਸਕੇ ਗਿਆਨ ਨੂੰ ਗਿਆਨ ਕੱਟਦਾ ਮੇਰਾ ਮਨ ਮੰਨ ਗਿਆ ਕਿ ਮੈਂ ਡਰੱਗਸ ਲੈਣੇ ਆ ਮੇਰੇ ਅੰਦਰੋਂ ਮਨ ਮੰਨ ਗਿਆ ਪਰ ਹੁਣ ਮੇਰੇ ਮੰਨੇ ਹੋਏ ਮਨ ਨੂੰ ਤੋੜਨ ਦੇ ਲਈ ਕੋਈ ਦੂਜਾ ਗਿਆਨ ਚਾਹੀਦਾ ਉਹ ਗੁਰਮਤ ਤੇ ਹੁਣ ਜਿੰਨੀ ਦੇਰ ਤੱਕ ਗੁਰਮਤ ਜਿਹੜੀ ਆ ਉਹਦਾ ਆਪਾਂ ਪ੍ਰਚਾਰ ਨਾ ਕਰਾਂਗੇ ਤਾਂ ਸਾਨੂੰ ਠੀਕ ਹੀ ਲੱਗੇਗਾ ਕਿ ਮੈਂ ਡਰਗ ਕਰਦਾ ਪਿਆ ਠੀਕ ਆ ਮੈਂ ਛੋਟੀ ਉਮਰੇ ਕਾਮ ਦੇ ਵੱਸ ਪੈ ਗਿਆ ਮੈਂ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਮੈਂ ਰਿਲੇਸ਼ਨਸ ਬਣਾ ਰਿਆ ਮੈਂ ਠੀਕ ਆ ਮੈਂ ਵਿਆਹ ਕਰਾਵਾਂ ਨਾ ਕਰਾਵਾਂ ਠੀਕ ਆ ਮੈਂ ਮੇਰੇ ਮਾਂ ਬਾਪ ਦੇ ਨਾਲ ਰਹਾ ਨਾ ਰਹਾ ਠੀਕ ਆ ਸਾਨੂੰ ਕੌਣ ਦੱਸੇਗਾ ਵੀ ਇਹ ਗਲਤ ਆ ਗੁਰੂ ਦੱਸੇਗਾ ਤੇ ਗੁਰੂ ਦਾ ਪ੍ਰਚਾਰ ਤਾਂ ਹੋ ਨਹੀਂ ਰਿਹਾ ਉੱਥੇ ਤਾਂ ਹੋੜਾ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਗੁਰੂ ਘਰ ਬਣਾ ਦਿਓ ਜੀ ਵੱਖਰੀ ਵੱਖਰੀਆਂ ਕੌਮਾਂ ਦੇ ਗੁਰੂ ਘਰ ਬਣਾ ਦਿਓ ਵਖਰੇ ਵਖਰੇ ਲੰਗਰ ਲਾ ਲੋ ਜਾਂ ਗੋਲਕਾਂ ਭਰ ਲੋ ਤੇ ਜਿਹੜਾ ਗਰੰਥੀ ਸਿੰਘ ਤਨਖਾਹ ਮੰਗ ਲਵੇ ਉਹਨੂੰ ਤੁਸੀਂ ਆਖੋ ਵੀ ਤੂੰ ਐਨੀ ਤਨਖਾਹ ਕਿਉਂ ਮੰਗਦਾ ਜੀ ਤੇ ਜੇ ਕੋਈ ਸੰਗਤ ਆਖੇ ਵੀ ਬਾਬਾ ਜੀ ਕੋ ਨਾਮ ਜਪਾ ਦਿਓ ਅੱਜ ਇੱਥੋਂ ਤੱਕ ਹਾਲ ਆ ਬੀ ਇੰਡੀਆ ਦੇ ਵਿੱਚ ਜੇ ਕਹਿ ਦਈਏ ਨਾ ਵੀ ਸਿਮਰਨ ਅਭਿਆਸ ਲਈ ਸਮਾਂ ਚਾਹੀਦਾ ਤੇ ਬਹੁਤੇ ਗੁਰੂ ਘਰਾਂ ਦੇ ਵਿੱਚ ਸਾਨੂੰ ਸਿਮਰਨ ਅਭਿਆਸ ਕਰਾਉਣ ਲਈ ਨਹੀਂ ਸਮਾਂ ਦਿੱਤਾ ਜਾਂਦਾ ਤੇ ਗੁਰੂ ਘਰ ਬਣਾਇਆ ਕਿਉਂ ਸੋ ਇਸ ਤਰ੍ਹਾਂ ਕਰਕੇ ਵੀ ਜਿਹੜੇ ਇਹ ਡਰੱਗਸ ਦਾ ਜਿਹੜਾ ਹੈਗਾ ਜਾਂ ਜਿੰਨਾ ਵੀ ਔਗਣ ਨੇ ਇਨਾਂ ਨੂੰ ਕੱਟਣ ਦੇ ਵਿੱਚ ਇੱਕ ਗੁਰਮਤਸਾਈ ਆ ਗੁਰਮਤ ਦਾ ਸ਼ਬਦ ਸਹਾਈ ਆ ਗੁਰਬਾਣੀ ਗੁਰੂ ਦਾ ਗਿਆਨ ਸਹਾਈ ਆ ਪ੍ਰੈਕਟੀਕਲ ਕਰਾਉਣਾ ਪਏਗਾ ਸੰਗਤ ਨੂੰ ਇਹ ਫੇਰ ਆ ਵੀ ਪ੍ਰੈਕਟੀਕਲ ਦੇ ਵਿੱਚ ਜੇ ਆਗੂ ਆਪ ਜਪਣਗੇ ਤਾਂ ਦੂਜਿਆਂ ਨੂੰ ਜਪਾਉਣਗੇ ਸਾਡੇ ਆਗੂ ਹੀ ਨਹੀਂ ਜਪਦੇ ਪਰ ਵਿਰਲੇ-ਵਿਰਲੇ ਗੁਰਮੁਖ ਜੋ ਹੁਣ ਜਪ ਰਹੇ ਆ ਜਪਾ ਰਹੇ ਆ ਚਲੋ ਇਹ ਆ ਕਿ ਪਰਮੇਸ਼ਰ ਹਰ ਇੱਕ ਦਰਵਾਜ਼ਾ ਬੰਦ ਨਹੀਂ ਕਰਦਾ ਕੋਈ ਨਾ ਕੋਈ ਰਾਹ ਤਾਂ ਖੋਲਦਾ ਹੀ ਆ ਜੀ ਸੋ ਇਹ ਅਭਿਆਸ ਕਰਨ ਦੇ ਨਾਲ ਗੁਰਬਾਣੀ ਪੜਾਉਣ ਦੇ ਨਾਲ ਇਤਿਹਾਸ ਵੀ ਦੱਸਣਾ ਪਏਗਾ ਸੋ ਜਿੱਥੇ ਇਤਿਹਾਸ ਗੁਰਬਾਣੀ ਤੇ ਸਿਮਰਨ ਦਾ ਸੁਮੇਲ ਬਣ ਜਾਂਦਾ ਹੈ ਉੱਥੇ ਹਰ ਇੱਕ ਔਗਣ ਖਤਮ ਹੋ ਜਾਂਦਾ ਤੁਸੀਂ ਗੁਰਬਾਣੀ ਪ੍ਰਚਾਰ ਦੀ ਗੱਲਬਾਤ ਕੀਤੀ ਹੈ ਤਾਂ ਹੁਣ ਟੈਕਨੋਲੋਜੀ ਦਾ ਜਮਾਨਾ ਪਾਈ ਸਾਹਿਬ ਬਿਲਕੁਲ ਜੀ ਤਾਂ ਇਸ ਟੈਕਨੋਲੋਜੀ ਦੇ ਜਮਾਨੇ ਦੇ ਵਿੱਚ ਕਈ ਪ੍ਰਕਾਰ ਦੀਆਂ ਜਿਹੜੀਆਂ ਵੈਸਾਂ ਉਹ ਚੱਲਦੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਐਨੀਮੇਸ਼ਨ ਦਾ ਜੋਗ ਹੈ ਤਾਂ ਉਹ ਕਹਿੰਦੇ ਕਿ ਐਨੀਮੇਟਿਡ ਫਿਲਮਾਂ ਉਸ ਢੰਗ ਨਾਲ ਇਤਿਹਾਸ ਨਾਲ ਸੰਬੰਧਿਤ ਬਣਨੀਆਂ ਚਾਹੀਦੀਆਂ ਨੇ ਬਿਲਕੁਲ ਗੁਰੂ ਸਾਹਿਬਾਨ ਦੇ ਕਰਤਾਰ ਬੇਸ਼ੱਕ ਉਹ ਨਹੀਂ ਦਿਖਾਏ ਜਾ ਸਕਦੇ ਪਰ ਕੀ ਸਿੱਖ ਯੋਧਿਆਂ ਦੇ ਬਾਰੇ ਸਿੱਖ ਹਿਸਟਰੀ ਦੇ ਬਾਰੇ ਜੇ ਫਿਲਮ ਐਨੀਮੇਟਡ ਬਣ ਜਾਂ ਉਹਦੀ ਅੱਗੇ ਵੀ ਸਿੱਖ ਸਿਧਾਂਤ ਜਾਂ ਗੁਰਮਤ ਦੇ ਵਿੱਚ ਜਿਹੜੀ ਉਹ ਨਹੀਂ ਹੈਗੀ ਇਹਦੇ ਬਾਰੇ ਇੱਕ ਤੁਸੀਂ ਕਲੈਰਟੀ ਜਿਹੜੀ ਉਹ ਜ਼ਰੂਰ ਦਿਓ ਹਾਂਜੀ ਇਹ ਇਸ ਤਰ੍ਹਾਂ ਦਾ ਵਿਸ਼ਾ ਆ ਕਿ ਜਿਹੜੇ ਸਾਡੇ ਗੁਰਮਖਾਂ ਦੇ ਕਿਰਦਾਰ ਸੀ ਜੀ ਉਹ ਕਿਰਦਾਰ ਬੜੇ ਉੱਚੇ ਸੀਗੇ ਬੜੇ ਉੱਚੇ ਸੋਚੇ ਸੀ ਬੱਚੇ ਸ਼ਹੀਦ ਕਰਾਉਣੇ ਸੀ ਸਤਲੀ ਤੇ ਰੱਖਣੇ ਔਰ ਖੱਲਾਂ ਪੁੱਠੀਆਂ ਕਰਕੇ ਲੋਆਈਆਂ ਚਰਖੜੀਆਂ ਤੇ ਚੜ ਗਏ ਕਿੰਨੇ ਵੱਡੇ ਉੱਚੇ ਕਿਰਦਾਰ ਸੀ ਜੀ ਵੀ ਉਹਨਾਂ ਬਾਰੇ ਜੇਕਰ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਅੱਖਾਂ ਬੰਦ ਕਰਕੇ ਜੇ ਬਾਬਾ ਦੀਪ ਸਿੰਘ ਜੀ ਦੀ ਕਹਾਣੀ ਸੁਣੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਸੁਣ ਲਈਏ ਸਾਡੇ ਵਿਚਾਰ ਬੰਦ ਹੋ ਜਾਣਗੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਐਸੀਆਂ ਸ਼ਿੱਧੀਆਂ ਦਿੱਤੀਆਂ ਉਹਨਾਂ ਨੇ ਉਹਨਾਂ ਦੀ ਗੱਲ ਵੀ ਕਰ ਲਈਏ ਤੇ ਇੱਕ ਲਹਿਰ ਚੱਲ ਪੈਂਦੀ ਹੈ ਅੰਦਰ ਪਰ ਕਿਤੇ ਨਾ ਕਿਤੇ ਲਾ ਲਓ ਵੀ ਜੇ ਜਾਤਾ ਇੱਕ ਚਿੰਤਾਜਨਕ ਵਿਸ਼ਾ ਹੈ ਜਾਂ ਤਾਂ ਭਰਮ ਹੈ ਜੀ ਤੇ ਜਾਂ ਇਹ ਕੋਈ ਸਾਜ਼ਿਸ਼ ਹੈ ਸਰਕਾਰਾਂ ਦੀ ਹੈ ਜਾਂ ਏਜੰਸੀਆਂ ਦੀ ਹੈ ਹੁਣ ਸਾਨੂੰ ਪਤਾ ਆਪਾਂ ਆਪਾਂ ਤੁਸੀਂ ਮੇਰੀ ਹਮ ਉਮਰ ਆਪਾਂ ਆਪਾਂ ਕੋਈ ਐਨੀਮੇਸ਼ਨ ਜਾਂ ਹੋਰ ਨਹੀਂ ਵੇਖਿਆ ਜਿਵੇਂ ਅਸੀਂ ਇਤਿਹਾਸ ਸੁਣਿਆ ਜੀ ਸਾਡੇ ਖੂਨ ਚ ਵਸਿਆ ਹੈ ਰੋਮ ਰੋਮ ਚ ਸਾਡਾ ਇਤਿਹਾਸ ਪਰ ਜਿਹੜੇ ਹੁਣ ਨਵੇਂ ਬੱਚੇ ਆ ਤੇ ਜਦੋਂ ਉਹ ਐਨੀਮੇਟਡ ਦੇਖਣਗੇ ਤਾਂ ਜੋ ਜੀਵ ਦੇਖਦਾ ਉਹੀ ਇਮੇਜ ਉਹਦੇ ਅੰਦਰ ਕੰਮ ਕਰਦੀ ਆ ਜੀ ਤੇ ਉਹਨੇ ਤਾਂ ਕਹਿਣਾ ਵੀ ਜਦੋਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੀ ਬਾਬਾ ਦੀਪ ਸਿੰਘ ਮਹਾਰਾਜ ਦੀ ਬਾਬਾ ਮਨੀ ਸਿੰਘ ਜੀ ਬਚਨ ਚੱਲੇਗਾ ਤੇ ਜਦੋਂ ਗੱਲ ਕਿ ਉਹਦੇ ਤਾਂ ਉਹ ਐਨੀਮੇਟ ਅੰਦਰ ਕਨਫਲਿਕਟ ਕਰਨਾ ਜੀ ਉਹਨੂੰ ਤਾਂ ਕਾਰਟੂਨ ਹੀ ਲੱਗਣੇ ਆ ਜੀ ਇੱਕ ਕਾਰਟੂਨ ਦਿਖਾ ਕੇ ਆਪਾਂ ਉਹਨਾਂ ਦਾ ਇਤਿਹਾਸ ਸੁਣਾਈਏ ਤੇ ਇੱਕ ਸਾਡਾ ਜਿਹੜਾ ਹੈਗਾ ਦਿਲੋਂ ਆਪਾਂ ਉਹਨਾਂ ਨੂੰ ਦੱਸੀਏ ਵੀ ਉਹ ਸੀਗੀ ਉਹਦੇ ਵਿੱਚ ਉਹਦੀ ਆਪਦੀ ਮੈਜੀਨੇਸ਼ਨ ਹੋਏਗੀ ਵੀ ਜੇ ਬਾਬਾ ਦੀਪ ਸਿੰਘ ਜੀ ਇਹੇ ਜੇ ਸੀ ਤਾਂ ਉਹ ਕਿਹੋ ਜਿਹਾ ਲੱਗਦੇ ਹੋਣੇ ਆ ਜੀ ਪਰ ਅਸੀਂ ਉਹਨੂੰ ਇਮੇਜੀਨੇਸ਼ਨ ਵੀ ਨਾਲ ਦੇ ਰਹੀਆਂ ਤੇ ਕਿਤੇ ਨਾ ਕਿਤੇ ਇਹ ਇਤਿਹਾਸ ਜ ਜਿਹੜੇ ਸਾਡੇ ਵਚਨ ਸੀ ਉਹਨਾਂ ਨੂੰ ਗ੍ਰਾਵਟ ਪਾਸੇ ਵੀ ਲੈ ਕੇ ਜਾ ਸਕਦਾ ਜੀ ਹਾਂਜੀ ਕਿਉਂਕਿ ਕਰਦਾਰ ਜਿਹੜਾ ਆ ਉਹਨਾਂ ਦੇ ਕਰਦਾਰ ਨੂੰ ਜਿਹੜੀ ਵੀਰਗਾਥਾ ਹੁੰਦੀ ਏ ਸ਼ਹੀਦਾਂ ਦੀਆਂ ਗਾਥਾ ਹੁੰਦੀਆਂ ਨੇ ਉਹਨਾਂ ਦੇ ਸੁਣਾਉਣ ਦੇ ਉਹਨਾਂ ਨੂੰ ਪੇਸ਼ ਕਰਨ ਦੇ ਢੰਗ ਵੱਖਰੇ ਆ ਜੀ ਇਸ ਤਰ੍ਹਾਂ ਉਹ ਫਿਲਮੀ ਸੀਨਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਪੇਸ਼ ਕਰਨਾ ਉਹ ਤਾਂ ਇੱਕ ਆਮ ਜੀ ਗੱਲ ਹੋ ਗਈ ਜਿਸ ਤਰ੍ਹਾਂ ਸਾਡੇ ਬੱਚੇ ਸੁਪਰਮੈਨ ਸਪਾਈਡਰਮੈਨ ਉਰੇ ਪਰੇ ਸ਼ਕਤੀਮਾਨ ਜਿਵੇਂ ਇੰਡੀਆ ਚੱਲਦਾ ਏ ਉਹ ਦੇਖ ਲੈਂਦੇ ਉਹੋ ਜਿਹੀ ਉਹਨਾਂ ਨੇ ਸਾਬਜਾਦਿਆਂ ਨੂੰ ਕਰ ਦੇਣਾ ਤੇ ਇਹ ਕਿਤੇ ਨਾ ਕਿਤੇ ਮਤਲਬ ਕੀ ਇਹ ਡਾਊਨਫਾਲ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਡਿਊਟੀ ਗੁਰੂ ਘਰਾਂ ਦੇ ਵਿੱਚ ਪ੍ਰਚਾਰਕਾਂ ਪਾਸ ਆ ਗ੍ਰੰਥੀ ਸਿੰਘਾਂ ਪਾਸ ਆ ਗੁਰਸਿੱਖਾਂ ਪਾਸ ਆ ਉਹ ਸਿਮਰਨ ਕਰਾਉਣ ਗੁਰਬਾਣੀ ਗੁਰੂ ਦੀ ਗਿਆਨ ਦੀ ਗੱਲ ਦੱਸਣ ਤੇ ਉਹਨਾਂ ਨੂੰ ਦੱਸਣ ਕਿ ਐਕਚੁਅਲ ਦੇ ਵਿੱਚ ਇਹ ਸਾਡੇ ਮਹਾ ਪ੍ਰੇਸ਼ਾਨੇ ਕਿਵੇਂ ਕੀਤਾ ਜਦੋਂ ਅਸੀਂ ਇਹਨਾਂ ਮੁਲਕਾਂ ਦੀ ਗੱਲਬਾਤ ਕਰਦੇ ਹਾਂ ਹਾਂਜੀ ਤਾਂ ਇੱਥੇ ਜਿਹੜਾ ਹੈਗਾ ਸਮਲਿਗੀ ਵਿਆਹ ਨੂੰ ਵੀ ਬਿਲਕੁਲ ਮਾਨਤਾ 기 ਬਿਲਕੁਲ ਤੇ ਇੱਥੇ ਉਹ ਸਾਰੀਆਂ ਮਾਨਤਾਵਾਂ ਨੇ ਤਾਂ ਇਹਦੇ ਬਾਰੇ ਗੁਰਮਤ ਕੀ ਕਹਿੰਦੀ ਹੈ ਗ੍ਰਸਤੀ ਜੀਵਨ ਬਾਰੇ ਗੁਰਮਤ ਕੀ ਕਹਿੰਦੀ ਹੈ ਹਾਂਜੀ ਤੇ ਜੇਕਰ ਗੁਰਮਤੇ ਦੀ ਆਗਿਆ ਨਹੀਂ ਦਿੰਦੀ ਤਾਂ ਕਿਸੇ ਮਾਪੇ ਦੇ ਮੂਹਰੇ ਜੋ ਗੁਰਸਿੱਖ ਪਰਿਵਾਰ ਆ ਉਹਦੇ ਮੂਹਰੇ ਜੇਕਰ ਕੋਈ ਐਸੀ ਸਮੱਸਿਆ ਆ ਜਾਂਦੀ ਆ ਤਾਂ ਉਹਦੇ ਚੋਂ ਕਿਸ ਤੰਗ ਦੇ ਨਾਲ ਜਿਹੜਾ ਉਹ ਨਿਕਲਿਆ ਜਾ ਸਕਦਾ ਦੇਖੋ ਕੁਦਰਤ ਨੇ ਆਪਾਂ ਵੀ ਆਪਾਂ ਖੇਤੀ ਵੀ ਕਰਕੇ ਦੇਖੀ ਆ ਜਾਂ ਹੁਣ ਵੀ ਆਪਾਂ ਕਰ ਰਹੇ ਆ ਜੀ ਕੁਦਰਤ ਦੇ ਵਿੱਚ ਆਪਾਂ ਕੋਈ ਵੀ ਵਿਧਾਨਾ ਚਾਹੇ ਉਹ ਪੌਦਾ ਆ ਚਾਹੇ ਉਹ ਕਣਕ ਆ ਚਾਹੇ ਕੋਈ ਫਰੂਟ ਆ ਚਾਹੇ ਕੋਈ ਜਾਨਵਰ ਆ ਚਾਹੇ ਪੰਛੀ ਆ ਜੀ ਕੁਦਰਤ ਨੇ ਤੁਸੀਂ ਮਨੁੱਖ ਦਾ ਛੱਡ ਦਿਓ ਇੱਕ ਵਾਰੀ ਜੀ ਪਰ ਤੁਸੀਂ ਕੁਦਰਤ ਨੂੰ ਬੜੇ ਧਿਆਨ ਨਾਲ ਵਾਚ ਕਰਕੇ ਦੇਖੋ ਕੁਦਰਤ ਨੇ ਨਰ ਤੇ ਮਾਦਾ ਦਾ ਹੀ ਵਿਧਾਨ ਬਣਾਇਆ ਹੋਇਆ ਜੀ ਇੱਕ ਬੀਜ ਆ ਕਣਕ ਦਾ ਉਹਦਾ ਅੱਧਾ ਪਾਸਾ ਜਿਹੜਾ ਆ ਨਾਰਾ ਤੇ ਅੱਧਾ ਉਹਦਾ ਮਾਦਾ ਆ ਜਦੋਂ ਤੁਸੀਂ ਉਹਦੀ ਸਾਇੰਟਿਫਿਕਲੀ ਖੋਜ ਕਰੋਗੇ ਜੀ ਤੇ ਆਪਾਂ ਜਾਨਵਰਾਂ ਨੂੰ ਦੇਖੀਏ ਆਪਾਂ ਪੰਛੀਆਂ ਨੂੰ ਦੇਖੀਏ ਆਪਾਂ ਕੁਦਰਤ ਦੇ ਬੀਜਾਂ ਦੇ ਵਿੱਚ ਦੇਖੀਏ ਬਨਸਪਤੀ ਦੇ ਵਿੱਚ ਦੇਖੀਏ ਉਹ ਵਿਧਾਨਾ ਤੇ ਉਹੀ ਵਿਧਾਨ ਉਹਨਾਂ ਨੇ ਬੰਦਿਆਂ ਲਈ ਬਣਾਇਆ ਹੁਣ ਭਰਮ ਭੈਣ ਕਰਕੇ ਕਿਉਂਕਿ ਇਸ ਟਾਈਮ ਦਾ ਜੇਕਰ ਸਭ ਤੋਂ ਮਾਡਰਨ ਤੇ ਨਵੀਨ ਗੁਰਮਤ ਦਾ ਪ੍ਰਚਾਰ ਜਤ ਧਰਮ ਪ੍ਰਗਟ ਹੋਇਆ ਜੀ ਸਿਧਾਂਤ ਪ੍ਰਗਟ ਹੋਇਆ ਪੰਥ ਪ੍ਰਗਟ ਹੋਇਆ ਉਹ ਸਿੱਖੀ ਹੈ ਸੋ ਸਿੱਖੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਹਰ ਇੱਕ ਬਚਨ ਇਹ ਸਾਰੇ ਖੇਲ ਆਪਾਂ ਨੂੰ ਪਤਾ ਲੱਗਦੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਹਜੇ ਸਿੱਖੀ ਦਾ ਪ੍ਰਚਾਰ ਘਟ ਇਹ ਆਪਦੀਆਂ ਪੁਰਾਤਨ ਮਰਿਆਦਾਵਾਂ ਮੁਤਾਬਕ ਚੱਲ ਰਹੇ ਨੇ ਜੀ ਤੇ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਜੇਕਰ ਉਹਨੂੰ ਵਾਰ-ਵਾਰ ਦਰਾ ਕੇ ਹੁਣ ਇੱਕ ਆਪਾਂ ਮਕਾਨ ਵੀ ਬਣਾ ਲਈ ਤੇ ਉਹਦੀ ਰਿਪੇਅਰ ਕਰਨੀ ਪੈਂਦੀ ਆ ਇਸ ਤਰੀਕੇ ਜੇਕਰ ਕੋਈ ਧਰਮ ਖੜਾ ਹੁੰਦਾ ਹੈ ਤੇ ਉਹਦੇ ਵਿੱਚ ਵੀ ਬਹੁਤ ਸਾਰੇ 네ਗੇਟਿਵ ਥੌਟਸ ਚੱਲਦੇ ਆ ਉਹਨਾਂ ਦੀ ਰਿਪੇਅਰ ਟਾਈਮ ਟਾਈਮ ਤੇ ਕਰਨੀ ਪੈਂਦੀ ਆ ਜੇ ਨਾ ਕਰੋਗੇ ਤਾਂ ਜਿਹੜੀ ਉਹ ਕੌਮ ਆ ਉਹ ਹੌਲੀ 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 ਜਿਹੜੀ ਡਾਰਕ ਸਾਈਡ ਚਲੀ ਜਾਂਦੀ ਆ ਹੁਣ ਇਹ ਕੌਮਾਂ ਨੇ ਉਹਨੂੰ ਮਾਨਤਾ ਦੇ ਦਿੱਤੀ ਆ ਜਾਂ ਹੋਰ ਵੀ ਆਪਣੇ ਵੀ ਦੇਸ਼ਾਂ ਦੇ ਵਿੱਚ ਵੀ ਗੇ ਜਿਹੜੇ ਆ ਕਰ ਸਕਦੇ ਆ ਜੀ ਪਰ ਉਹ ਵਿਧਾਨ ਕੁਦਰਤ ਦਾ ਵਿਧਾਨ ਨਹੀਂ ਹੈ ਤੇ ਕੁਦਰਤ ਦੇ ਵਿਧਾਨ ਦੇ ਅੰਗੇਸਟ ਚੱਲਣਾ ਹਮੇਸ਼ਾ ਤੋਂ ਹਾਰਮਫੁਲ ਆ ਡੇਂਜਰਸ ਜੀ ਹੁਣ ਜੇ ਧਰਮ ਦੇ ਵਿੱਚ ਆ ਕੇ ਹੁਣ ਕੋ ਬੱਚੇ ਇਸ ਤਰ੍ਹਾਂ ਕਿਉਂਕਿ ਇਹ ਵਿਚਾਰ ਆ ਕਾਮ ਹੈ ਜਿਹੜਾ ਕਾਮ ਜਦੋਂ ਇੰਨਾ ਜ਼ੋਰ ਕਰਦਾ ਹੈ ਵੀ ਜਿਹੜਾ ਸੁਖ ਉਹਦੇ ਹੋਮੋਸੈਕਸ਼ੁਅਲ ਆ ਜਿਹੜਾ ਜੀ ਉਹਦੇ ਜਿਹੜਾ ਦਿਮਾਗ ਹੀ ਉਹਦਾ ਇਸ ਹਾਵ ਨਾਲ ਸੈਟਅਪ ਆ ਵੀ ਉਹਨੂੰ ਦੂਸਰੇ ਦੇ ਵਿੱਚ ਉਹ ਕਾਮ ਦੀ ਪੂਰਤੀ ਕਰਨ ਦੇ ਨਾਲ ਸੁਖ ਨਹੀਂ ਹੁੰਦਾ ਤੇ ਉਹ ਇਸ ਪਾਸੇ ਚੱਲ ਪੈਂਦਾ ਜੀ ਸੋ ਇਸ ਕਰਕੇ ਜਿਹੜਾ ਇਸ ਅਵਸਥਾ ਨੂੰ ਖਤਮ ਕਰਨ ਦੇ ਲਈ ਇੱਕ ਤਾਂ ਪੂਰਨ ਗਿਆਨ ਦੇਣਾ ਕਿਉਂਕਿ ਮੈਂ ਇੱਥੇ ਹੋ ਗਿਆ ਕਰੀਬਨ 15 ਕ ਦਿਨ ਆਏ ਨੂੰ ਜੀ ਬੱਚੇ ਸਕੂਲ ਵਾਲੇ ਦੱਸਦੇ ਆ ਕਿ ਸਾਨੂੰ ਸਕੂਲਾਂ ਦੇ ਵਿੱਚ ਇਥੋਂ ਦੇਆਂ ਦੇ ਵਿੱਚ ਪੜਾਇਆ ਜਾਂਦਾ ਹੈ ਜੀ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਦੋ ਚਾਰ ਬੱਚਿਆਂ ਨੇ ਦੱਸਿਆ ਕਿ ਵੀ ਤੁਸੀਂ ਇਹ ਕਰੋ ਜੀ ਹਾਂ ਵੀ ਕੋਈ ਗਲਤ ਨਹੀਂ ਹੈ ਕਿ ਵੀ ਲੜਕਾ ਲੜਕੇ ਨਾਲ ਕਰਾ ਸਕਦਾ ਲੜਕੀ ਲੜਕੇ ਇੱਥੇ ਹੁਣ ਜਦੋਂ ਸਕੂਲ ਹੀ ਕਹਿਣ ਲੱਗ ਗਿਆ ਇਸੇ ਕਰਕੇ ਜਿਹੜੀ ਸਿੱਖੀ ਹੈ ਜੀ ਉਹ ਸਾਰੇ ਵਰਡ ਨੂੰ ਇੱਕ ਰਾਹ ਦੇ ਸਕਦੀ ਹੈ ਜ਼ਰੂਰੀ ਨਹੀਂ ਹੁੰਦਾ ਵੀ ਇਥੋਂ ਦਾ ਜੋ ਇਨਫਰਾਸਟ੍ਰਕਚਰ ਵਧੀ ਆਇਆ ਇਥੋਂ ਦੀ ਇਕਨੋਮੀ ਵਧੀਆ ਆ ਤੇ ਸਭ ਇਥੇ ਸਭ ਇਥੋਂ ਦਾ ਹਾਲਾਤ ਵਧੀਆ ਹੋਣਗੇ ਨਹੀਂ ਪੈਸਾ ਇਕਨੋਮੀ ਇਨਫਰਾਸਟ੍ਰਕਚਰ ਇੱਕ ਵੱਖਰੀਆਂ ਚੀਜ਼ਾਂ ਪਰ ਜਿਹੜਾ ਕਲਚਰ ਆ ਸਭਿਤਾ ਆ ਸੰਸਕਾਰ ਆ ਉਹ ਵੱਖਰੇ ਆ ਤੇ ਇਥੇ ਕਲਚਰ ਸਭਿਤਾ ਸੰਸਕਾਰਾਂ ਦੀ ਘਾਟ ਹੈ ਜੀ ਇਸ ਕਰਕੇ ਬੱਚੇ ਇਨਫਰਾਸਟ੍ਰਕਚਰ ਦੇਖ ਲੈਂਦੇ ਆ ਇਕਨੋਮੀ ਦੇਖ ਲੈਂਦੇ ਆ ਉਧਰ ਪ੍ਰਭਾਵਿਤ ਹੋ ਜਾਂਦੇ ਆ ਸੋ ਬੱਚਿਆਂ ਨੂੰ ਆਪ ਦੀ ਗੁਰਮਤ ਦੇ ਕਲਚਰ ਨਾਲ ਪੰਜਾਬੀ ਕਲਚਰ ਦੇ ਨਾਲ ਆਪਦੇ ਵਿਰਸੇ ਨਾਲ ਆਪਦੇ ਬਜ਼ੁਰਗਾਂ ਦੇ ਨਾਲ ਜੋੜਨਾ ਉਹਨਾਂ ਨੂੰ ਸਮਝਾਉਣਾ ਸਿਮਨ ਕਰਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਜਿਹੜਾ ਕੁਦਰਤ ਦਾ ਜੇ ਵਿਧਾਨ ਹੀ ਵਿਗੜ ਗਿਆ ਤੇ ਤੁਸੀਂ ਹਿਸਾਬ ਲਾਓ ਵੀ ਅੱਗੇ ਫਿਰ ਕੀ ਬਣੇਗਾ ਮਾੜੇ ਸਿੱਟੇ ਸੋ ਵਾਕਈ ਤੁਹਾਡੇ ਸਮਾਗਮਾਂ ਦੀ ਜੇਕਰ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਤਾਂ ਤੁਹਾਡੇ ਸਮਾਗਮ ਜਿਹੜੇ ਹੈਗੇ ਨੇ ਗੁਰਮਤ ਸੰਗਮ ਕਿੱਥੇ ਕਿੱਥੇ ਅੱਗੇ ਜਿਹੜੇ ਉਹ ਹੋਣ ਜਾ ਰਹੇ ਨੇ ਉਹਦੀ ਜਾਣਕਾਰੀ ਸਾਡੇ ਨਾਲ ਜਿਹੜੀ ਉਹ ਜ਼ਰੂਰ ਤੁਸੀਂ ਸਾਂਝੀ ਕਰੋ ਏ ਆਪਣਾ ਸਰੀ ਤੋਂ ਆਪਣੇ ਸਮਾਗਮ ਸ਼ੁਰੂ ਹੋਏ ਸੀਗੇ 3 ਤਰੀਕ ਤੋਂ ਸੋ ਹੁਣ ਸਰੀ ਦੇ ਸਮਾਗਮਾਂ ਦੇ ਤਾਂ ਇੱਥੇ ਤੁਹਾਡੇ ਸਮਾਪਤੀ ਹੋ ਗਈ ਹੈ ਸਿੱਖ ਅਕੈਡਮੀ ਵਿੱਚ ਸੀ ਦਸ਼ਮੇਸ਼ ਦਰਬਾਰ ਗੁਰੂ ਘਰ ਸੀ ਗੁਰਦੁਆਰਾ ਦੁਖਨਵਰ ਸਾਹਿਬ ਚ ਹੁਣ ਆਉਣ ਵਾਲੇ ਸਮੇਂ ਵਿੱਚ 12 ਤਰੀਕ ਤੋਂ ਐਬਸਫੋਰਡ ਦੇ ਵਿੱਚ ਹੋ ਰਿਹਾ ਹੈ ਗੁਰਦੁਆਰਾ ਉੱਥੇ ਵੀ ਦਸ਼ਮੇਸ਼ ਦਰਬਾਰੀ ਹੈ 12 ਤੇ 13 ਐਬਸਫੋਰਡ ਦੇ ਵਿੱਚ ਆ ਜੀ ਔਰ ਫਿਰ ਉਸ ਤੋਂ ਬਾਅਦ ਆਪਣੇ 17 ਅਗਸਤ ਨੂੰ ਐਡਮਿੰਟਨ ਦੇ ਵਿੱਚ ਔਰ 18 ਨੂੰ 19 ਤੇ 20 ਨੂੰ ਕੈਲਗਰੀ ਦੇ ਵਿੱਚ ਆ ਜੀ ਫਿਰ ਉਸ ਤੋਂ ਬਾਅਦ ਟੋਰਾਂਟੋ ਬ੍ਰੈਮਪਟਨ ਤੇ ਵਿਨੀਪੈਗ ਦੇ ਵਿੱਚ ਆ ਬਾਕੀ ਜੋ ਇਹ ਹੈ ਆਪਣਾ ਚੈਨਲ ਹੈਗਾ ਇਹ ਪ੍ਰਭ ਮਿਲਨੇ ਕਾ ਚਾਉਟ ਹਾਨਾ ਜੀ ਉਹਦੇ ਉੱਪਰ ਵੀ ਸਾਰੀਆਂ ਅਪਡੇਟਿਸ਼ਨਸ ਹੈਗੀਆਂ ਨੇ ਔਰ ਫੇਸਬੁੱਕ ਪੇਜ ਦੇ ਵੀ ਉੱਪਰ ਨੇ ਵੀ ਜੇ ਸੰਗਤ ਚਾਹੀ ਤਾ ਉਹ ਸਾਰੀ ਸਮਾਗਮਾਂ ਦੀ ਜਿਹੜੀ ਅਪਡੇਟਸ ਨੇ ਫੇਸਬੁੱਕ ਤੇ ਪ੍ਰਭ ਮਿਲਨੇ ਕਾ ਚਾਉਟ ਹਾਨਾ ਸਰਚ ਕਰ ਸਕਦੀ ਹੈ ਔਰ YouTube ਦੇ ਉੱਪਰ ਸਰਚ ਕਰ ਸਕਦੇ ਆ Insta ਤੇ ਕਰ ਸਕਦੇ ਆ ਉਹਦੇ ਉੱਪਰ ਸਾਰੀ ਆਪਣੇ ਸਮਾਗਮ ਦੀਆਂ ਡਿਟੇਲਸ ਹੈਗੀਆਂ ਨੇ ਕੋਈ ਸੰਪਰਕ ਨੰਬਰ ਜੇ ਸਮਾਗਮ ਬਾਰੇ ਜਾਣਕਾਰੀ ਸੰਗਤਾਂ ਨੇ ਹਾਸਲ ਕਰਨੀ ਹੋਵੇ ਹਾਂਜੀ ਸੰਪਰਕ ਨੰਬਰ ਗੁਰਮਖਾਂ ਦੇ ਇਸ਼ਤਿਹਾਰ ਅਪਡੇਟ ਕੀਤੇ ਨੇ ਇਸ਼ਤਿਹਾਰਾਂ ਦੇ ਵਿੱਚ ਹੀ ਨੰਬਰ ਦਿੱਤੇ ਗਏ ਆ ਹਾਂਜੀ ਜਿੱਥੋਂ ਦੀ ਸੰਗਤ ਹੈ ਜਿਸ ਤਰ੍ਹਾਂ ਟੋਰਾਂਟੋ ਦੀ ਸੰਗਤ ਨੂੰ ਉਹਨਾਂ ਦੇ ਨੰਬਰ ਆ ਜੀ ਔਰ ਐਡਮਿੰਟਨ ਦੇ ਉਹਨਾਂ ਦੇ ਨੰਬਰ ਆ ਤੇ ਜਿੱਦਾਂ ਸਰੀ ਦੇ ਇਹ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੈਗੇ ਨੇ ਇਹ ਬਿਲਕੁਲ ਜੀ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਅਪਡੇਟ ਕੀਤੇ ਹੋਏ ਨੇ ਫੇਸਬੁੱਕ ਤੇ ਵੀ ਪੋਸਟਰ ਅਪਡੇਟ ਹੈ ਇੰਸਟਾਗ੍ਰam ਤੇ ਵੀ ਅਪਡੇਟ ਹੈ ਬਸ ਤੁਸੀਂ ਪ੍ਰਭ ਮਿਲਨੇ ਕਾ ਚਾਉ ਟੋਹਾਨਾ ਸਰਚ ਕਰਨਾ ਹੈ ਜੀ ਤਾਂ ਉਹਦੇ ਵਿੱਚ ਸਾਰੇ ਪੋਸਟਰ ਤੇ ਡਿਟੇਲ ਨਿਕਲ ਆਏਗੀ ਹਾਂਜੀ ਜੀ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਕਈ ਇਸ ਹਨ ਭਾਈ ਸਿਮਰਨਜੀਤ ਸਿੰਘ ਟੋਹਾਨਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਸੋ ਅਜਿਹੇ ਸਮਾਗਮਾਂ ਦੇ ਵਿੱਚ ਪਰਿਵਾਰਾਂ ਸਮੇਤ ਸਾਨੂੰ ਜਿਹੜਾ ਉਹ ਜ਼ਰੂਰ ਪੁੱਜਣਾ ਚਾਹੀਦਾ ਸੋ ਅੱਗੇ ਐਵਸਪੋਰਟ ਤੇ ਐਡਵੈਂਟਨ ਕੈਲਗਰੀ ਦੇ ਵਿੱਚ ਇਹਨਾਂ ਦੇ ਸਮਾਗਮ ਹੋਣ ਜਾ ਰਹੇ ਨੇ ਸੋ ਉੱਥੇ ਪਰਿਵਾਰਾਂ ਸਮੇਤ ਸ਼ਿਰਕਤ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਸੋ ਦੋਸਤੋ ਫਿਲਹਾਲ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ